ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਹੈ ਪੁਰੇ ਪਾਰ ਹੈ ਜਿਹਦੀ ਬਾਣੀ ਸਦਕਾ ਜਿਹਦੀ ਬਾਣੀ ਸਦਕਾ ਸਾਰਾ ਜਗ ਰੁਸ਼ਨਾਇਆ ਸਤਿਗੁਰ ਕਲਾ ਧਾਰ ਕੇ ਆਪਣਾ ਰੂਪ ਮਿਟਾਇਆ ਵਾਹਿਗੁਰੂ ਨਾਮ ਜਪਾਇਆ
ਸਾਕਰ ਹੋਣ ਸਹਿਲੇ ਲੋਕ ਤਪੁਰ ਲੋਕ ਵੀ ਸਾਕਰ ਹੋਣ ਸਹਿਲੇ ਸਾਕਰ ਹੋਣ ਸਹਿਲੇ ਲੋਕ ਤਪੁਰ ਲੋਕ ਵੀ ਸ਼ਰਨੀ ਗੁਰੂ ਗ੍ਰੰਥ ਦੇ ਸ਼ਰਨੀ ਗੁਰੂ ਗ੍ਰੰਥ ਦੇ ਜਿਹਨੇ ਸੀਸ ਨਵਾਇਆ ਸ਼ਰਨੀ ਗੁਰੂ ਗ੍ਰੰਥ ਦੇ ਜਿਹਨੇ ਸੀਸ ਨਵਾਇਆ ਸ਼ਰਨੀ ਗੁਰੂ ਗ੍ਰੰਥ ਦੇ ਜਿਹਨੇ ਸੀਸ ਨਵਾਇਆ ਆਦ ਨਿਰੰਜਨ ਹੈ ਗੁਰੂ ਨਾਨਕ ਤਾਰਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਧ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰਕੇ ਮੂਰਤ ਹੈ ਜਗ ਆਇਓ ਨਾਨਕ ਗੁਰੂ ਰਹਿਨਮਾ ਬਣ ਕੇ ਆਇਆ ਹਰ ਇੱਕ ਦਰਦੇ ਦਿਲ ਕੀ ਦਵਾ ਬਣ ਕੇ ਆਇਆ ਪਾਪੋਂ ਕੀ ਅਗਨੀ ਮੈਂ ਜਲਤੀ ਥੀ ਦੁਨੀਆ ਬੁਝਾਨੇ ਕੀ ਖਾਤਰ ਸਫਾ ਬਣ ਕੇ ਆਇਆ ਵੋ ਸਿੱਖੋ ਕੇ ਸਤਗੁਰ ਥੇ ਦੀਨੋ ਕੇ ਰਕਸ਼ਕ ਮੁਸਲਮ ਕੇ ਘਰ ਮੁਸਤਫਾ ਬਣ ਕੇ ਆਇਆ ਆ ਦੂਈ ਕਾ ਪਰਦਾ ਹਟਾਨੇ ਕੀ ਖਾਤਰ ਨਾਨਕ ਕੀ ਸੂਰਤ ਖੁਦਾ ਬਣ ਕੇ ਆਇਆ ਆਇਆ ਤੇ ਗਿਆ ਨਹੀਂ ਇਸਲਾਮ ਮਤ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਹੋਏ ਨੇ ਅੱਜ ਪੂਰਾ ਇਸਲਾਮ ਆਪਣੇ ਕਲਮੇ ਰਾਹੀਂ ਇਹ ਗੱਲ ਸਿੱਧ ਕਰਦਾ ਹੈ ਕਿ ਅੱਲਾ ਦਾ ਜੇ ਕੋਈ ਰਸੂਲ ਹੈ ਤੇ ਉਹ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਦਾ ਨਾ ਇੱਕ ਕਲਮਾ ਹੈ ਉਸ ਕਲਮੇ ਦੇ ਵਿੱਚੋਂ ਇਹ ਪਤਾ ਲੱਗ ਜਾਂਦਾ ਵੀ ਉਹਨਾਂ ਦਾ ਅਕੀਦਾ ਕੀ ਹੈ ਉਹ ਕਹਿੰਦੇ ਲਾ ਇਲਾਹ ਇਲੱਲਾ ਮੁਹੰਮਦ ਰਸੂਲ ਅੱਲਾ ਕਹਿੰਦੇ ਮੁਹੰਮਦ ਅੱਲਾ ਦਾ ਰਸੂਲ ਹੈ ਪੂਰਾ ਇਸਲਾਮ ਇਸ ਯਕੀਨ ਤੇ ਬੱਝਾ ਹੋਇਆ ਹੈ ਕਿ ਅੱਲਾ ਦਾ ਜੇ ਕੋਈ ਰਸੂਲ ਹੈ ਤੇ ਮੁਹੰਮਦ ਹੈ ਹੁਣ ਇਹ ਗੱਲ ਕੁਰਾਨ ਵੀ ਕਹਿ ਰਹੀ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਵੀ ਕਹਿ ਰਿਹਾ ਕਿ ਮੁਹੰਮਦ ਸਾਹਿਬ ਜਿਹੜੇ ਨੇ ਬੜੇ ਮਹਾਨ ਹੈ ਪਰ ਇਸਲਾਮ ਦਾ ਇਹ ਯਕੀਨ ਹੋਣਾ ਕਿ ਆਖਰੀ ਨਬੀ ਮੁਹੰਮਦ ਸਾਹਿਬ ਤੇ ਅੱਲਾ ਦੇ ਰਸੂਲ ਉਹ ਨੇ ਇਸ ਉਹਨਾਂ ਦੇ ਵਿਸ਼ਵਾਸ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਇੱਕ ਚਾਨਣ ਦਿੱਤਾ ਹੈ ਇੱਕ ਰੋਸ਼ਨੀ ਦਿੱਤੀ ਜਦੋਂ ਸਾਊਦੀ ਅਰਬ ਦਾ ਮੱਕਾ ਸ਼ਹਿਰ ਤੇ ਮੱਕੇ ਵਿੱਚ ਹੈ ਕਾਬਾ ਜਿਹਨੂੰ ਖੁਦਾ ਦਾ ਘਰ ਉਹਨਾਂ ਮੰਨਿਆ ਹੋਇਆ ਸੀ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਠੀਕ ਹੈ ਤੁਸੀਂ ਅੱਲਾ ਦਾ ਰਸੂਲ ਮੰਨਦੇ ਹੋ ਮੁਹੰਮਦ ਨੂੰ ਉਹ ਬੜੇ ਮਹਾਨ ਨੇ ਇੱਕ ਗੱਲ ਤੇ ਹੈ ਪਿਆਰਿਓ ਮੁਹੰਮਦ ਅੱਲਾ ਦਾ ਰਸੂਲ ਹੈ ਅੱਲਾ ਨਹੀਂ ਈਸਾਈਅਤ ਦਾ ਧਾਰਮਿਕ ਗ੍ਰੰਥ ਹੈ ਬਾਈਬਲ ਬੜਾ ਪਵਿੱਤਰ ਗ੍ਰੰਥ ਹੈ ਹਜ਼ਰਤ ਈਸਾ ਦੇ ਸ਼ਹੀਦ ਹੋਣ ਤੋਂ ਬਾਅਦ 160 ਸਾਲ ਪਿੱਛੋਂ ਲਿਖਿਆ ਗਿਆ ਅੱਜ ਬਾਈਬਲ ਦੀ ਇੱਕ ਪੰਕਤੀ ਨੂੰ ਲੈ ਕੇ ਕ੍ਰਿਸਚਨਾਂ ਦੇ ਵਿੱਚ ਕੋਈ ਰੌਲਾ ਨਹੀਂ ਕੁਰਾਨ ਦੀ ਕੋਈ ਇੱਕ ਆਇਤ ਨੂੰ ਲੈ ਕੇ ਇਸਲਾਮ ਵਿੱਚ ਕੋਈ ਝਗੜਾ ਨਹੀਂ ਗੀਤਾ ਨੂੰ ਲੈ ਕੇ ਰਮਾਇਣ ਨੂੰ ਲੈ ਕੇ ਮਹਾਭਾਰਤ ਨੂੰ ਲੈ ਕੇ ਵੇਦਾਂ ਸਿਮਰਤੀਆਂ ਸ਼ਾਸਤਰਾਂ ਪੁਰਾਣਾ ਕਿੰਨੇ ਕੁ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਵੀ ਸਾਰੇ ਪ੍ਰਮਾਣਿਕ ਨੇ ਪਰ ਇਹਨਾਂ ਗ੍ਰੰਥਾਂ ਦੀ ਕੋਈ ਇੱਕ ਪੰਕਤੀ ਨੂੰ ਇੱਕ ਸ਼ਬਦ ਨੂੰ ਲੈ ਕੇ ਕਿਤੇ ਕੋਈ ਰੌਲਾ ਨਹੀਂ ਜਿਹੜੀ ਬਾਣੀ ਧੁਰੋਂ ਆਈ ਇਹ ਪੈਗੰਬਰਾਂ ਰਾਹੀਂ ਆਈ ਹੈ ਅਵਤਾਰਾਂ ਰਾਹੀਂ ਆਈ ਪਰ ਆਹ ਬਾਣੀ ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਿੱਥੋਂ ਆਈ ਬਈ ਧੁਰ ਕੀ ਬਾਣੀ ਆਈ ਆ ਤਿੰਨ ਸਗਲੀ ਚਿੰਤ ਮਿਟਾਈ ਇਸੇ ਬਾਣੀ ਨੂੰ ਹੀ ਕਿਹਾ ਗਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਹੁਣ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਗਿਆ ਨਿਰੰਕਾਰ ਸਰੂਪ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਵੀ ਅੱਜ ਸਾਡੀ ਕੌਮ ਦੇ ਕੁਝ ਆਗੂ ਜਿਹੜੇ ਧਾਰਮਿਕ ਜਾਂ ਸਾਡੇ ਪ੍ਰਚਾਰਕ ਜਿਹੜੇ ਉਹ ਤਰਕ ਕਰਨ ਲੱਗ ਪਏ ਜੀ ਇਹ ਕਿੱਦਾਂ ਹੋ ਗਿਆ ਹੁਣ ਕੁਰਾਨ ਨੂੰ ਲੈ ਕੇ ਗੀਤਾ ਨੂੰ ਲੈ ਕੇ ਬਾਈਬਲ ਨੂੰ ਲੈ ਕੇ ਵੇਦਾਂ ਸਿਮਰਤੀਆਂ ਸ਼ਾਸਤਰਾਂ ਪੁਰਾਣਾਂ ਨੂੰ ਲੈ ਕੇ ਕੋਈ ਵੀ ਰੌਲਾ ਨਹੀਂ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਉਹਨਾਂ ਦਾ ਭਰੋਸਾ ਹੈ ਅਸੀਂ ਆ ਜਿਹੜੇ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਉੱਤੇ ਵੀ ਕਿੰਤੂ ਪਰੰਤੂ ਕਰਨ ਲੱਗ ਪਏ ਖਿਮਾ ਕਰਨਾ ਪਿਆਰਿਓ ਆਓ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਹ ਜੋਤ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮੁਹੰਮਦ ਜਿਹੜਾ ਹੈ ਉਹ ਅੱਲਾ ਦਾ ਰਸੂਲ ਤੇ ਹੈ ਪਰ ਅੱਲਾ ਨਹੀਂ ਹਜ਼ਰਤ ਈਸਾ ਨੂੰ ਬਾਈਬਲ ਕਹਿ ਰਹੀ ਹੈ ਕਿ ਈਸਾ ਗੌਡ ਦਾ ਪੁੱਤ ਹੈ ਪਰ ਗੌਡ ਨਹੀਂ ਪਰ ਗੁਰੂ ਨਾਨਕ
कौन ने जोत रूप हर आप गुरु नानक कहायो, कहिंदे आप नारायण कला धार जग में परवरियो। गुरु नानक तो पहला जिन्ने भी आए ऋषि मुनि पीर पैगंबर अवतार औलिए संत महात्मा, उन्हां दे आउण दा इतिहास भी है, उन्हां दे जाण दा इतिहास भी है, पर बाबा नानक आया पर गया नहीं प्यारियो, क्योंकि वो जोत रूप हर आप है। ते ओ दस जामे धारण करके हुकम कर गया, दसवें जामे च आ गया, भई अकाल की तबी चलायो। मेरी बेनती है भाई, एक शब्द का हंगारा जरूर भरो नाल। गुरु की गोद विच बैठे हाँ, शरीर करके नहीं, सुरत करके हाजरी लगे, तन करके नहीं, मन करके अवस्था बनाई। सारियां नूं बेनती कीती है भी आ दोहरा ते आपां सारे पढ़दे हां ना, एक बारी सारे मिलके अकीदा पक्का करो, जिवें उन्हां दा मुसलमाना दा ए कलमा पढ़ के भी ला इल्ला इल्लल्लाह मुहम्मद रसूल अल्लाह। ते सानूं भी गुरु ने हुक्म कीता, गुरु नानक ने दसवें जामे विच। कई बारी असी गुरु नानक नूं होर मनदे आ ते गुरु गोबिंद सिंह महाराज नूं होर मनदे नहीं, गुरु दास नहीं। गिणती करदे ना गुरु नानक तो लै के गुरु गोबिंद सिंह महाराज तक, गिणती ते दास ही बनदी है। पर अरदास दे पहले पड़ा दी समाप्ति वेले शब्द की ने, उत्थे गुरुआं शब्द नहीं है। अरदास दे पहले पड़ा दी समाप्ति वेले शब्द है दस पातशाहियां, पातशाहियां शब्द है, गुरुआं शब्द नहीं। क्योंकि वड्डा तेरा दरबार सच्चा, तुद तख्त सिर शाह, पातशाह निचल चौर छत। ए पातशाहियां माणियां ने गुरु नानक तो लैके गुरु गोबिंद सिंह महाराज तक। ते अरदास दे पहले पड़ाव दी समाप्ति वेले हुक्म ही यही है प्यारियो, कि गुरुआं शब्द नहीं पातशाहियां शब्द ही वर्तना है। दस पातशाहियां दी आत्मक जोत जुगो जुग अटल गुरु शब्द, गुरु साहब श्री गुरु ग्रंथ साहब जी दे पाठ दर्शन दीदार का ध्यान करके बोलो जी। ਬਈ ਸਾਰਿਆਂ ਹਾਜ਼ਰੀ ਨਹੀਂ ਲਵਾਈ, ਮੇਰੀ ਬੇਨਤੀ ਹੈ ਕਿ ਜਿਹੜੇ ਵਾਂਝੇ ਰਹਿ ਗਏ ਨਾ, ਹੁਣ ਬਖਸ਼ੀ ਫਤਿਹ ਅਕਾਲ ਦੀ ਹੈ ਤੁਰ ਦਰਗਾਈ, ਇਹ ਬਾਜਾਂ ਵਾਲੇ ਪੰਥ ਦੀ ਹੈ ਝੋਲੀ ਪਾਈ, ਹਰ ਮੈਦਾਨੇ ਫਤਿਹ ਨੂੰ ਜੋ ਪਾਉਣਾ ਚਾਹੁੰਦੇ ਉਹੀ ਗੁਰਸਿੱਖ ਗੱਜ ਕੇ ਨੇ ਫਤਿਹ ਬੁਲਾਉਂਦੇ। ਜਿਹੜੇ ਵਾਂਝੇ ਰਹਿ ਗਏ ਨਾ ਵਾਹਿਗੁਰੂ ਕਹਿਣ ਤੋਂ, ਹੁਣ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਸਿਮਰਨ ਹੋਣਾ ਹੈ। ਜਦੋਂ ਆਪਾਂ ਸੁਰਤ ਨੂੰ ਗੁਰੂ ਚਰਨਾਂ ਵਿੱਚ ਟਿਕਾਵਾਂਗੇ ਤੇ ਗੱਜ ਗਜਾਵਾਂਗੇ ਕੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰ ਰਿਹਾ ਸੀ ਪਿਆਰਿਓ ਕਿ ਮੁਹੰਮਦ ਸਾਹਿਬ ਅੱਲਾ ਦਾ ਰਸੂਲ ਹੈ, ਅੱਲਾ ਨਹੀਂ, ਈਸਾ ਗੌੜ ਦਾ ਪੁੱਤ ਹੈ, ਗੌੜ ਨਹੀਂ, ਪਰ ਗੁਰੂ ਨਾਨਕ ਦੇ ਮਹਾਰਾਜ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ, ਜਿਸ ਗੁਰੂ ਤੋਂ ਤੁਸੀਂ ਵਰਸਾਏ ਹੋ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਿਸੇ ਨੇ ਇਹ ਕੈਲਗਰੀ ਦੀ ਧਰਤੀ ਤੇ, ਮੈਂ ਗਿਆ ਕੈਨੇਡਾ, ਉੱਥੇ ਸ਼ਹਿਰ ਹੈ ਕੈਲਗਰੀ, ਉਹਨੇ ਸਵਾਲ ਕੀਤਾ, ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਨੂੰ ਸਭ ਤੋਂ ਵੱਡਾ ਕਿਉਂ ਕਹਿੰਦੇ ਹੈ? ਮੈਂ ਕਿਹਾ ਬਾਣੀ ਕਹਿ ਰਹੀ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰ ਵੀ ਕਹਿੰਦੇ ਐਕਸਪਲੇਨ ਕਰੋ ਕਿ ਗੁਰੂ ਨਾਨਕ ਦੇ ਮਹਾਰਾਜ ਸਭ ਤੋਂ ਵੱਡੇ ਕਿਉਂ ਨੇ? ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਇਸ ਕਰਕੇ ਵੱਡੇ ਨੇ, ਉਹਦੀ ਵੱਡੀ ਵਡਿਆਈ ਇਸ ਕਰਕੇ ਹੈ ਕਿ ਉਹਨੇ ਸਾਰੀ ਮਨੁੱਖਤਾ ਤੇ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲਿਆ। ਤੇ ਅੱਜ ਉਹਦਾ ਵੀ ਕੋਈ ਪੈਰੋਕਾਰ ਸਿੱਖ ਜਿਹੜਾ ਹੈ, ਜਿੱਥੇ ਵੀ ਰਹੇ ਉਹ ਜਿੱਥੇ ਅਕੀਦਾ ਰੱਖਦਾ ਹੈ ਗੁਰੂ ਗ੍ਰੰਥ ਸਾਹਿਬ ਤੇ, ਤੇ ਫਿਰ ਅਰਦਾਸ ਤੋਂ ਬਾਅਦ ਇਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇੱਕੋ ਹੀ ਬਾਬਾ ਹੈ ਜਿਹਨੇ ਸਰਬੱਤ ਦਾ ਭਲਾ ਮੰਗਿਆ, ਜਾਹਰ ਪੀਰ ਜਗਤ ਗੁਰ ਬਾਬਾ, ਉਸ ਬਾਬੇ ਨਾਨਕ ਨੂੰ ਸਮਰਪਿਤ ਹੋ ਕੇ ਅੱਜ ਦੇ ਸਮਾਗਮ ਵਿੱਚ ਆਪ ਹਾਜ਼ਰੀ ਲਵਾ ਰਹੇ ਹੋ। ਗੁਰੂ ਕਿਰਪਾ ਕਰੇ, ਆਓ ਇੱਕ ਵਾਰੀ ਅਕੀਦਾ ਪੱਕਾ ਕਰੀਏ। ਦਸਵੇਂ ਨਾਨਕ ਨੇ ਹੁਕਮ ਕੀਤਾ, ਆ ਗਿਆ ਭਈ ਅਕਾਲ ਕੀ ਤਬੀ ਚਲਾਇਓ। ਮੈਂ ਬੇਨਤੀ ਕੀਤੀ ਸੀ ਵੀ ਸਾਰਿਆਂ ਨੂੰ ਇੱਕ ਸ਼ਬਦ ਦਾ ਹੁੰਗਾਰਾ ਜ਼ਰੂਰ ਭਰੋ ਵੀ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ ਗੁਰੂ ਦੀ ਹਾਜ਼ਰੀ ਵਿੱਚ, ਤੇ ਆਓ ਆਪਣਾ ਅਕੀਦਾ ਪੱਕਾ ਕਰੀਏ। ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਇਸ ਦੋਰੇ ਤੱਕ ਅਸੀਂ ਕਦੋਂ ਆਏ ਤੇ ਕਿਵੇਂ ਆਏ, ਇਹਦਾ ਆਰੰਭਤਾ ਦਾ ਇਤਿਹਾਸ ਕੀ ਹੈ? ਆਓ ਬਾਬੇ ਨਾਨਕ ਨਾਲ ਜੁੜੀਆਂ ਹੋਈਆਂ ਕਥਾ ਕਹਾਣੀਆਂ ਆਪ ਜੀ ਦੀ ਸੇਵਾ ਵਿੱਚ ਮੈਂ ਹਾਜ਼ਰ ਕਰਨ ਲੱਗਾ ਹਾਂ। ਸੁਰਤ ਕਰਕੇ ਆਪਣਾ ਧਿਆਨ ਲੈ ਜਾਓ ਸੁਲਤਾਨਪੁਰ ਲੋਧੀ, ਮੇਰਾ ਜਿਹੜਾ ਨਗਰ ਹੈ ਬਿਲਕੁਲ ਨਾਲ ਹੈ ਸੁਲਤਾਨਪੁਰ ਲੋਧੀ ਦੇ, ਜਿੱਥੇ 550 ਸਾਲਾ ਬਾਬੇ ਨਾਨਕ ਦਾ ਮਨਾਇਆ ਜਾਣਾ। ਬਈ ਆਪ ਜੀ ਨੂੰ ਪਤਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 550 ਸਾਲਾ ਇਸੇ ਸਾਲ ਆ ਰਿਹਾ ਨਵੰਬਰ ਦੇ ਵਿੱਚ, 12 ਨਵੰਬਰ ਨੂੰ। ਤੇ ਬੜਾ ਉਤਸ਼ਾਹ ਹੈ, ਬੜੀ ਸ਼ਰਧਾ, ਬੜਾ ਪ੍ਰੇਮ ਤੇ ਨੇਮ ਨਿਭਾ ਰਹੇ ਨੇ ਗੁਰਸਿੱਖ ਪਿਆਰੇ ਆਪਣੇ
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਦੀਆਂ ਵੱਡੇ ਕਾਰਜ ਵੱਡੇ ਸਮਾਗਮ ਜਿਹੜੇ ਉਹ ਆਰੰਭ ਹੋ ਰਹੇ ਨੇ ਤੇ ਅੱਜ ਵੀ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਵਰਤਦੀ ਹੈ ਜਦੋਂ ਆਪਾਂ ਸੁਲਤਾਨਪੁਰ ਲੋਧੀ ਉਹਨਾਂ ਸਥਾਨਾਂ ਤੇ ਜਾ ਕੇ ਦਰਸ਼ਨ ਕਰਦੇ ਹਾਂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਨਵੇਂ ਧਰਮ ਦਾ ਐਲਾਨ ਕੀਤਾ। ਇਹ ਕਹਿ ਕੇ ਕਿ ਨਾ ਹਿੰਦੂ ਨਾ ਮੁਸਲਮਾਨ, ਮਾਨੋ ਇੱਕ ਨਵੇਂ ਧਰਮ ਦਾ ਐਲਾਨ। ਇਹ ਸਾਰਾ ਪ੍ਰਸੰਗ ਆਪ ਜੀ ਦੀ ਸੇਵਾ ਵਿੱਚ ਮੈਂ ਹਾਜ਼ਰ ਕਰਨਾ ਹੈ। ਦਿਓ ਅਸੀਸ ਕਰੋ, ਕਿਰਪਾ ਬਾਈ ਪਿਆਰ ਦੇ ਘਰ ਵਿੱਚ ਆਓ, ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸੁਲਤਾਨਪੁਰ ਲੋਧੀ ਇੱਕ ਉਹ ਇਤਿਹਾਸਕ ਨਗਰ ਹੈ, ਇਤਿਹਾਸ ਦੇ ਪੱਖ ਤੋਂ ਬੜੀ ਮਹੱਤਤਾ ਹੈ ਸੁਲਤਾਨਪੁਰ ਲੋਧੀ ਦੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਕਈ ਵਾਰੀ ਸਾਨੂੰ ਇਹ ਭੁਲੇਖਾ ਹੁੰਦਾ ਹੈ ਜਦੋਂ ਕੋਈ ਖਾਲਸਾ ਪੰਥ ਦੀ ਗੱਲ ਕਰਦਾ ਜਾਂ ਨਿਰਮਲ ਪੰਥ ਦੀ ਗੱਲ ਕਰਦਾ ਹੈ ਨਾ, ਅਸੀਂ ਕਹਿੰਦੇ ਹਾਂ ਵੀ ਨਿਰਮਲ ਪੰਥ ਕੋਈ ਹੋਰ ਸੀ ਤੇ ਖਾਲਸਾ ਪੰਥ ਕੋਈ ਹੋਰ ਹੈ। ਨਹੀਂ, ਜੇ ਗੁਰੂ ਇੱਕੋ ਹੈ ਤੇ ਪੰਥ ਕਿਵੇਂ ਦੋ ਹੋ ਗਏ? ਬਈ ਗੱਲ ਸੋਚਣ ਵਾਲੀ ਹੈ, ਇਹ ਗੱਲ ਵਿਚਾਰਨ ਵਾਲੀ ਹੈ। ਬਈ ਜੇ ਸਾਡਾ ਗੁਰੂ ਇੱਕ ਹੈ ਤੇ ਪੰਥ ਦੋ ਕਿੱਦਾਂ ਹੋ ਗਏ? ਜੋਤ ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ, ਗੁਰੂ ਜੋਤ ਹੈ। ਜਿਸ ਗੁਰੂ ਨੇ ਪਹਿਲੇ ਜਾਮੇ ਵਿੱਚ ਨਿਰਮਲ ਪੰਥ ਦੀ ਨੀਂਹ ਰੱਖੀ, ਕਦੋਂ ਰੱਖੀ ਭਲਾ? ਨਿਰਮਲ ਪੰਥ ਦੀ ਨੀਂਹ ਦੀ ਪਹਿਲੀ ਇੱਟ ਬਾਬੇ ਨੇ ਉਦੋਂ ਰੱਖੀ ਆ ਜਦੋਂ ਕਹਿ ਦਿੱਤਾ ਸੀ ਪੰਡਿਤ ਹਰਦਿਆਲ ਨੂੰ, ਪੰਡਿਤ ਜੀ ਇਹ ਤੁਹਾਡਾ ਦਿੱਤਾ ਜਨੇਊ ਮੇਰੇ ਕੰਮ ਦਾ ਨਹੀਂ। ਇਹ ਨਿਰਮਲ ਪੰਥ ਦੀ ਨੀਂਹ ਦੀ ਪਹਿਲੀ ਇੱਟ ਹੈ। ਕਈ ਹੁਣ ਇਹ ਵਿਚਾਰ ਦੇਣਗੇ, ਕਹਿੰਦੇ ਵੀ ਸਿੱਖੋ ਤੁਸੀਂ ਰੌਲਾ ਕਾਹਦਾ ਪਾਇਆ ਬਈ ਬਈ ਵੱਖਰੇ ਹੋ ਵੱਖਰੇ ਹੋ। ਸੰਵਿਧਾਨ ਜਿਹੜਾ ਇਹ ਭਾਰਤ ਦਾ, ਇਹ ਗੱਲ ਅਜੇ ਤੱਕ ਦੁਨੀਆਂ ਵਿੱਚ ਦੱਸ ਰਿਹਾ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਇੱਕ ਹਿੱਸਾ ਨੇ, ਕੋਈ ਵੱਖਰੇ ਨਹੀਂ। ਮੈਂ ਹੈਰਾਨ ਹਾਂ ਪਿਆਰਿਓ ਵੀ ਅਸੀਂ ਵੀ ਮੰਨ ਜਾਂਦੇ ਹਾਂ ਇਸ ਗੱਲ ਨੂੰ ਕਿ ਅਸੀਂ ਹਿੰਦੂਆਂ ਦੇ ਵਿੱਚੋਂ ਨਿਕਲੇ ਹੋਏ, ਹਿੰਦੂਆਂ ਦਾ ਇੱਕ ਅੰਗ ਹਾਂ। ਪਰ ਕਿਉਂ ਅਸੀਂ ਇਹ ਵਿਚਾਰ ਨਹੀਂ ਰੱਖੇ ਵੀ ਜੇ ਤੇ ਬਾਬਾ ਜਨੇਊ ਪਾ ਲੈਂਦਾ ਤੇ ਫਿਰ ਅਸੀਂ ਮੰਨ ਲੈਂਦੇ ਵੀ ਅਸੀਂ ਹਿੰਦੂਆਂ ਵਿੱਚੋਂ ਨਿਕਲੇ ਹੋਏ ਹਾਂ, ਉਹਨਾਂ ਦਾ ਹੀ ਇੱਕ ਹਿੱਸਾ ਹਾਂ। ਸਾਡਾ ਕਿਸੇ ਮਜ਼ਹਬ ਨਾਲ, ਕਿਸੇ ਧਰਮ ਨਾਲ ਕੋਈ ਵਿਤਕਰਾ ਨਹੀਂ, ਕਿਉਂਕਿ ਇੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ। ਇੱਥੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਨੇਹ ਆਏ, ਇੱਥੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਬੋ ਦਾ ਉਪਦੇਸ਼ ਹੈ। ਪਰ ਜਦੋਂ ਗੱਲ ਧਰਮ ਦੀ ਆਉਂਦੀ ਹੈ, ਧਰਮ ਦੇ ਕੋਈ ਰੀਤੀ ਰਿਵਾਜ਼ ਹੁੰਦੇ ਹੈ, ਧਰਮ ਦੀ ਕੋਈ ਮਰਿਆਦਾ ਹੁੰਦੀ ਹੈ, ਧਰਮ ਦੇ ਕੁਝ ਅਸੂਲ ਤੇ ਕਾਨੂੰਨ ਹੁੰਦੇ ਨੇ, ਸਾਰੇ ਵੱਖਰੇ ਨੇ ਸਾਡੇ ਹਿੰਦੂ ਮਤ ਨਾਲੋਂ। ਬਈ ਪਹਿਲੀ ਗੱਲ ਤੇ ਧਰਮ ਦੀ ਪੂਜਾ ਤੋਂ ਆਪਾਂ ਆਰੰਭ ਕਰ ਲਈਏ ਗੱਲ। ਸਤਿਗੁਰੂ ਨੇ ਸਾਨੂੰ ਇੱਕ ਅਕਾਲ ਦੇ ਪੁਜਾਰੀ ਬਣਾਇਆ। ਹਿੰਦੂ ਮਤ ਵਿੱਚ, ਸਨਾਤਨੀ ਮਤ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਮੰਦਰਾਂ ਦੇ ਵਿੱਚ ਜਾ ਕੇ। ਅਸੀਂ ਕਿਸੇ ਮੰਦਰ ਦੇ ਵਿਰੋਧ ਵਿੱਚ ਨਹੀਂ ਤੇ ਨਾ ਦੇਵੀ ਦੇਵਤਿਆਂ ਦੇ ਵਿਰੋਧ ਵਿੱਚ ਹਾਂ। ਵਿਚਾਰਧਾਰਾ ਦੀ ਗੱਲ ਆ ਵੀ ਜਿਹਦੀ ਗੱਲ ਸਮਝ ਵਿੱਚ ਆ ਗਈ ਉਹ ਗੁਰੂ ਨਾਨਕ ਦਾ ਸਿੱਖ ਹੋ ਗਿਆ। ਜਿੱਦਣ ਪੰਡਿਤ ਹਰਦਿਆਲ ਨੇ ਜਨੇਊ ਅੱਗੇ ਕੀਤਾ ਸੀ ਵੀ ਨਾਨਕਾ ਜੇ ਤੇ ਪਾ ਲੈਗਾ ਤੇ ਲੋਕ ਤੈਨੂੰ ਮੰਨ ਲੈਣਗੇ, ਬਈ ਉੱਚੀ ਕੁੱਲ ਹੈ ਤੇਰੀ ਤੇ ਹਿੰਦੂਆਂ ਦਾ ਘਰਾਣਾ ਜਿਹੜਾ ਤੁਰਿਆ ਆ ਰਿਹਾ ਹੈ, ਤੇ ਜੇ ਤੇ ਬਾਬਾ ਉਦਣ ਪਾ ਲੈਂਦਾ ਬਈ ਤੇ ਆਪਾਂ ਸਾਰੇ ਮੰਨ ਲੈਂਦੇ, ਤੇ ਨਾਲੇ ਅੱਜ ਅੰਮ੍ਰਿਤ ਧਾਰੀ ਨਹੀਂ ਸੀ ਹੋਣਾ, ਜਨੇਊ ਧਾਰੀ ਹੋਣਾ ਸੀ ਅਸੀਂ। ਜੇ ਬਾਬਾ ਨਾਨਕ ਉਦਣ ਜਨੇਊ ਪਾ ਲੈਂਦਾ ਤੇ ਫਿਰ ਅੰਮ੍ਰਿਤ ਧਾਰੀ ਥੋੜ੍ਹੀ ਹੋਣਾ ਸੀ, ਫਿਰ ਜਨੇਊ ਧਾਰੀ ਹੋਣਾ ਸੀ। ਸਾਡੇ ਵਿੱਚੋਂ ਇੱਕ ਫਿਰਕਾ ਬ੍ਰਾਹਮਣਾਂ ਦਾ ਹੋਣਾ ਸੀ, ਦੂਸਰਾ ਕਸ਼ਤਰੀਆਂ ਦਾ ਹੋਣਾ ਸੀ, ਤੀਸਰਾ ਵੈਸ਼ਾਂ ਦਾ ਤੇ ਚੌਥਾ ਸ਼ੂਦਰਾਂ ਦਾ ਹੋਣਾ ਸੀ। ਪਰ ਅਸੀਂ ਨਹੀਂ, ਅਸੀਂ ਇਹ ਵਿਤਕਰਾ ਤੇ ਖਤਮ ਕੀਤਾ, ਕਿਉਂਕਿ ਸਾਡੇ ਬਾਬੇ ਨੇ ਇਹ ਕਹਿ ਦਿੱਤਾ ਸੀ ਪੰਡਿਤ ਜੀ ਇਹ ਜਨੇਊ ਤੇ ਤੋੜ ਰਿਹਾ, ਮੈਂ ਮਨੁੱਖਤਾ ਨੂੰ ਜੋੜਨ ਵਾਸਤੇ ਆਇਆ ਹਾਂ। ਇਸ ਕਰਕੇ ਬਾਬੇ ਨੇ ਜਿਹੜੇ ਇਹ ਸ਼ਬਦ ਕਹੇ ਨੇ, ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਦੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਬਾਬੇ ਨਾਨਕ ਦੀ ਕਿ ਉਹਨਾਂ ਨੇ ਕਿਹਾ ਵੀ ਜਨੇਊ ਨਹੀਂ ਮੈਂ ਤੇਰਾ ਪਾਉਣਾ, ਮੇਰੇ ਕੋਲ ਵੀ ਹੈਗਾ ਇੱਕ ਜਨੇਊ। ਅਸਲ ਵਿੱਚ ਇੱਥੋਂ ਨਿਰਮਲ ਪੰਥ ਦੀ ਨੀਂਹ ਦੀ ਪਹਿਲੀ ਇੱਟ ਰੱਖਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਨਿਰਮਲ ਪੰਥ ਦਾ ਆਗਾਜ਼ ਕੀਤਾ 9 ਵਰਿਆਂ ਦੀ ਉਮਰ ਵਿੱਚ। ਤੇ ਨਿਰਮਲ ਪੰਥ ਦੀ ਨੀਂਹ ਦੀ ਦੂਜੀ ਇੱਟ ਕਿੱਥੇ ਰੱਖੀ ਬਾਬੇ ਨੇ? ਸੁਲਤਾਨਪੁਰ ਲੋਧੀ, ਮੇਰਾ ਨਗਰ ਬਿਲਕੁਲ ਨੇੜੇ ਹੈ ਡੱਲਾ ਸਾਹਿਬ, 8 ਪਾਤਸ਼ਾਹੀਆਂ ਨੇ ਚਰਨ ਪਾਏ। ਇੱਕ ਗੱਲ ਨੋਟ ਕਰੋ ਸੱਜਣੋ, ਇਹ ਪੂਰੇ ਭਾਰਤ ਵਿੱਚ 4 ਨਗਰ ਨੇ, ਕੇਵਲ 3 ਪੰਜਾਬ ਵਿੱਚ ਹੈ ਤੇ 1 ਹਰਿਆਣੇ ਚ ਹੈ। ਇੱਕ ਤੇ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਜਿਸ ਧਰਤੀ ਤੇ ਆ ਗੁਰਾਂ ਦੀ ਵਸਾਈ ਹੋਈ ਨਗਰੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ, 8 ਪਾਤਸ਼ਾਹੀਆਂ ਦੇ ਚਰਨ ਪਏ ਨੇ। ਖਡੂਰ ਸਾਹਿਬ ਦੀ ਧਰਤੀ ਹੈ ਜਿੱਥੇ 8 ਗੁਰੂਆਂ ਦੀ ਬਖਸ਼ਿਸ਼ ਵਰਤ ਰਹੀ ਹੈ। ਇੱਕ ਮੇਰਾ ਪਿੰਡ ਹੈ ਡੱਲਾ,
जिथे गुरु हरगोबिंद पातशाह दे आनंद कारज होए। एक गल होर समझण वाली है भाई, गुरु ग्रंथ साहिब की हजूरी विच जिहड़ा पहला आनंद कारज होया वह डल्ले पिंड होया ते छेवें पातशाह दा माता दमोदरी नाल। गुरु ग्रंथ साहिब की हजूरी विच जिहड़ा पहला आनंद कारज है वह डल्ले पिंड होया छेवें पातशाह दा बाई भादो नूं संमत 1661 बिक्रमी नूं, क्योंकि भादरो सुदी एकम नूं गुरु ग्रंथ साहिब का प्रकाश हरिमंदर साहिब विच हुंदा है। इसे महीने गुरु हरगोबिंद पातशाह का आनंद कारज होया डल्ले पिंड, ते गुरु ग्रंथ साहिब की हजूरी विच होण वाला यह पहला आनंद कारज है छेवें पातशाह का, जे मैं गलत ना होवां ते प्यारे इतिहास है साडे सामने। ते डल्ला और रत्ना दी खान किया गुरु अमरदास ने, भाई पारो जी वर्गे परमहंस जिस पिंड दे होए ऐसा वह डल्ला नगर महान है जिथों आप संगत की चरण धूड़ लैण वास्ते ढाडी जत्था आया है। जिहड़ा डल्ला नगर बिल्कुल सुल्तानपुर लोधी दे नेड़े, ते जिहड़ा इतिहास मैं आरंभ कीता होया है ये सुल्तानपुर लोधी नाल जुड़िया हुई इतिहास दीआं कड़ियां है, जिथों साडी सिख कौम की शुरुआत हुई। सिख कौम की शुरुआत कित्थों हुई भला? आ प्यारे एक नारा सुन लो, ये निर्मल पंथ की नींह की दूजी इट रखण लगे ने गुरु नानक पातशाह। पहली इट रखी सी ये कह के जनेऊ ये नहीं, दया कृपा संतोख सूत जत गंढी सत वट वाला जनेऊ चाहिए, ते निर्मल पंथ की नींह की दूजी इट रखी आ। जदों वेई विचों बाहर आए ते बाबे ने कहा ना हिंदू ना मुसलमान, मानो एक नवे धर्म का ऐलान। रौला पै गया, मुला मिलाने काजी आ गए। उस वेले जिहड़ा मसीत का मुख मौलवी सी उन्हें चर्चा छेड़ी गुरु नानक देव महाराज दे नाल, एक सवाल किया भी तुसी किनू मनदे हो, ये नवा नारा दिता तुसी ना हिंदू ना मुसलमान, मानो कहिंदे एक वखरे सिख धर्म का ऐलान किया है तुसां ने, ते किनू मनण वाला होगा सिख धर्म। ते गुरु नानक देव महाराज मौलवी के सवालों का जवाब देंदे हुए केड़े शब्द कह रहे हैं उन्होंने इन्होंने शब्दों में ढाडी जत्था हे मनते हैं असी को ही अकाल नो इको ही अकाल नो मनते हैं असी को ही अकाल नो मनते हैं असी को ही अकाल नो मौलवी ने मजहब का पान कसया पान कसया अगो गुरु नानक जी एदां दसया अगो गुरु नानक जी एदां दसया मनते हैं असी कोई अकाल मनते हैं असी कोई अकाल रसूल कोई बड़े आया ना देवता रसूल कोई बड़े आया ना हिरदे च रखा हरी दे ख्याल नू हिरदे च रखा हरी दे ख्याल नू मनदे हैं असी इको ही अकाल नू मनदे हैं असी इको ही अकाल नू झूठे लोकां रब विच पाइयां बंडियां झूठे लोकां रब विच पाइयां बंडियां काफर मलेश कह करन बंडियां काफर मलेश कह करन बंडियां तोड़ना है असी ये परम जाल नू तोड़ना है असी ये परम जाल नू तोड़ना है असी ये परम जाल नू मनते हैं असी को ही अकाल नू मनते हैं असी को ही अकाल नू Thank you.
ਰਾਮ ਤੇ ਪ੍ਰਭੂ ਅੱਲਾ ਤੇ ਰਹੀਮ ਓਏ ਅੱਲਾ ਤੇ ਰਹੀਮ ਓਏ ਸਤ ਕਰਤਾਰ ਕਦਰ ਕਰੀਮ ਓ ਸਤ ਕਰਤਾਰ ਕਦਰ ਕਰੀਮ ਓ ਮੇਰਾ ਪਛਾਣੇ ਕਰ ਤੇ ਦੀ ਚਾਲ ਨੂੰ ਮੇਰਾ ਪਛਾਣੇ ਕਰ ਤੇ ਦੀ ਚਾਲ ਨੂੰ ਮੰਨਦੇ ਹਾਂ ਅਸੀਂ ਕੋਈ ਅਕਾਲ ਨੂੰ ਮੰਨਦੇ ਹਾਂ ਅਸੀਂ ਕੋਈ ਅਕਾਲ ਨੂੰ ਸਹਾਈ ਜੋ ਹੱਸਾ ਰਹੀ ਪਸਾਰਾ ਉਸੇ ਦੀ ਖੁਦਾਈ ਜੋ ਕਣ ਕਣ ਦੇ ਵਿੱਚ ਜਲਵਾ ਦਿਸਦਾ ਉਸਦਾ ਤੇ ਨੂਰ ਦਾ ਓਏ ਕਾਜੀ ਐਵੇਂ ਭਟਕ ਭਟਕ ਕੇ ਕਿਉਂ ਫਿਰਦਾ ਐਵੇਂ ਝੂਰਦਾ ਉਹਦੀਆਂ ਨੈਣ ਸੁਰਾਈਆਂ ਵਿੱਚੋਂ ਜਿਸਨੇ ਦੋ ਘੁੱਟ ਪੀ ਲਿਤਾ ਹਸ਼ਰ ਦੀਕ ਨਾਮ ਲਹੇ ਦੀਵਾਨਾ ਨਸ਼ਾ ਜੋ ਉਸਦੇ ਸਰੂਰ ਦਾ ਨਸ਼ਾ ਜੋ ਉਸਦੇ ਸਰੂਰ ਦਾ ਸਕਰਾ ਸਹਾਈ ਜੋ ਸਾਰਿਆਂ ਜੀਆਂ ਦਾ ਸਕਰਾ ਸਹਾਈ ਜੋ ਸਾਰਾ ਹੀ ਪਸਾਰਾ ਉਸੇ ਦੀ ਖੁਦਾਈ ਜੋ ਸਾਰਾ ਹੀ ਪਸਾਰਾ ਉਸੇ ਦੀ ਖੁਦਾਈ ਜੋ ਕੌਣ ਜਾਣੇ ਕੀਤੇ ਉਸਦੇ ਕਮਾਲ ਨੂੰ ਕੌਣ ਜਾਣੇ ਕੀਤੇ ਉਸਦੇ ਕਮਾਲ ਨੂੰ ਕੌਣ ਜਾਣੇ ਕੀਤੇ ਉਸਦੇ ਕਮਾਲ ਨੂੰ ਮੰਨਦੇ ਹਾਂ ਅਸੀਂ ਕੋਈ ਅਕਾਲ ਨੂੰ ਮੰਨਦੇ ਹਾਂ ਅਸੀਂ ਕੋਈ ਅਕਾਲ ਨੂੰ ਮੰਨਦੇ ਹਾਂ ਅਸੀਂ ਕੋਈ ਅਕਾਲ ਨੂੰ ਸਤਿਗੁਰੂ ਦੇ ਚਰਨਾਂ ਤੋਂ ਬਖਸ਼ਿਸ਼ ਲੈਂਦੇ ਹੋਇਆ ਇੱਕ ਵਾਰੀ ਸਾਰੇ ਸੰਗਤੀ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਸਲਾਮ ਦਾ ਰਾਜ ਹੋਵੇ ਤੇ ਇਸਲਾਮ ਦੇ ਰਾਜ ਵਿੱਚ ਕੋਈ ਇਹ ਕਹਿੰਦਾ ਹੋਵੇ ਨਾ ਹਿੰਦੂ ਨਾ ਮੁਸਲਮਾਨ ਰੌਲਾ ਤੇ ਪੈਣਾ ਸੀ ਝਗੜਾ ਤੇ ਖੜਾ ਹੋਣਾ ਸੀ ਨਾ ਪਰ ਸਤਿਗੁਰੂ ਪਾਤਸ਼ਾਹ ਇਸ ਝਗੜੇ ਦੇ ਹੱਲ ਵਾਸਤੇ ਬੜੀ ਵੱਡੀ ਇੱਕ ਰਮਜ਼ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਨੇ ਵੇਈ ਚੋਂ ਬਾਹਰ ਆ ਕੇ ਬਾਬੇ ਨੇ ਇਹ ਐਲਾਨੀਆ ਤੌਰ ਤੇ ਕਹਿ ਦਿੱਤਾ ਹੈ ਕਿ ਨਾ ਹਿੰਦੂ ਨਾ ਮੁਸਲਮਾਨ ਮਾਨੋ ਇਹ ਮੰਨਿਆ ਗਿਆ ਕਿ ਇੱਕ ਨਵੇਂ ਧਰਮ ਦਾ ਐਲਾਨ ਬੁਨਿਆਦ ਜੀ ਦੀ ਇੱਥੋਂ ਸ਼ੁਰੂਆਤ ਕੀਤੀ ਸੀ ਕਿ ਜੇ ਮੇਰੇ ਸਿੱਖ ਵੀ ਜਨੇਊ ਧਾਰੀ ਹੋ ਗਏ ਇਹਨਾਂ ਵੀ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਹੈ ਇਹ ਵੀ ਮੰਦਰਾਂ ਵਿੱਚ ਜਾਣਗੇ ਤੇ ਕਰਮ ਕਾਂਡ ਕਰਨਗੇ ਮੈਂ ਇਹਨਾਂ ਨੂੰ ਕਰਮ ਕਾਂਡ ਤੋਂ ਵਰਜਣਾ ਹੈ ਇਸ ਕਰਕੇ ਬਾਬੇ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਗੁਣਾਂ ਦੀ ਗੱਲ ਕੀਤੀ ਹੈ ਅੱਜ ਧਰਮ ਦੀ ਗੱਲ ਚੱਲੀਏ ਮੈਂ ਹੈਰਾਨ ਹੋਇਆ ਵੀ ਬਾਬੇ ਨਾਨਕ ਨੇ ਕਿਹਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਲੋਕ ਓਮ ਕਹਿੰਦੇ ਸੀ ਓਅੰਕਾਰ ਕਹਿੰਦੇ ਸੀ ਅਲਖ ਨਿਰੰਜਨ ਕਹਿੰਦੇ ਸੀ ਪਰ ਇੱਕ ਬਾਬੇ ਨੇ ਕਿਹਾ ਇੱਕ ਹੈ ਇੱਕ ਨਾਲ ਹੀ ਜੋੜਿਆ ਸਾਨੂੰ ਇਹ ਵੱਖਰੀ ਗੱਲ ਹੈ ਕਿ ਅਸੀਂ ਖੁਆਰ ਹੋ ਗਏ ਹਾਂ ਅਸੀਂ ਇੱਕ ਦਾ ਦਰ ਛੱਡ ਦਿੱਤਾ ਹੈ ਸਾਡੇ ਕੰਨਾਂ ਵਿੱਚ ਆਵਾਜ਼ ਤੇ ਪੈਂਦੀ ਹੈ ਦਾਤਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਦੇਂਦੇ ਤੋੜ ਨਾ ਵਈ ਅਗੰਤ ਭਰੇ ਭੰਡਾਰ ਅਗੰਤ ਦਾ ਕੀ ਅਰਥ ਹੁੰਦਾ ਭਲਾ ਵੇ ਅਗੰਤ ਦਾ ਇਹ ਅਰਥ ਹੈ ਜਿਹਦੀ ਗਿਣਤੀ ਨਹੀਂ ਹੋ ਸਕਦੀ ਆ ਜਿਹੜੇ ਦਰ ਤੇ ਆਪਾਂ ਆਏ ਹਾਂ ਕਿਹਦਾ ਦਰ ਹੈ ਭਲਾ ਬਾਬੇ ਦਾ ਬਾਬੇ ਨਾਨਕ ਦਾ
ਤੇ ਬਾਬੇ ਨਾਨਕ ਨੇ ਸਾਨੂੰ ਇੱਕ ਨਾਲ ਜੋੜਿਆ ਤੇ ਇਹ ਆਵਾਜ਼ ਵੀ ਉਹਦੇ ਘਰ ਦੇ ਵਿੱਚੋਂ ਆਈ ਤੇ ਨਾਲੇ ਇਹ ਵੀ ਕਿਹਾ ਭਰੋਸਾ ਰੱਖੋ ਮੱਥਾ ਟੇਕਦਿਆਂ ਹੋਇਆਂ ਅੰਦਰ ਆਤਮਾ ਤੋਂ ਵਿਸ਼ਵਾਸ ਨਾਲ ਕਹੋ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਇੱਕੋ ਹੀ ਹੈ ਤੇ ਉਹਦੇ ਭੰਡਾਰ ਭਰੇ ਹੋਏ ਨੇ ਅਗੰਤ ਨੇ ਅਗੰਤ ਦਾ ਅਰਥ ਹੈ ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ ਬਈ ਸਾਨੂੰ ਤੇ ਉਹਦੇ ਦਰ ਲਾਇਆ ਸਤਿਗੁਰੂ ਪਾਤਸ਼ਾਹ ਨੇ ਜਿਹਦੇ ਭੰਡਾਰੇ ਅਗੰਤ ਨੇ ਗਿਣਤੀ ਨਹੀਂ ਹੋ ਸਕਦੀ ਤੇ ਭਰੇ ਹੋਏ ਨੇ ਫਿਰ ਵੀ ਗੁਰਦੁਆਰਿਆਂ ਦੇ ਬਾਹਰ ਕਈ ਵਾਰੀ ਹੈਰਾਨ ਹੋ ਜਾਈਦਾ ਵੱਡੀਆਂ ਲਿਸਟਾਂ ਲੱਗੀਆਂ ਹੁੰਦੀਆਂ ਮੋਟੇ ਅੱਖਰਾਂ ਚ ਲਿਖਿਆ ਹੁੰਦਾ ਦਾਨੀ ਸੱਜਣਾ ਦੇ ਨਾਂ ਮੈਂ ਹੈਰਾਨ ਹਾਂ ਵੀ ਸਿੱਖ ਕਦੋਂ ਕਦਾ ਦਾਨੀ ਹੋ ਗਿਆ ਦਾਨ ਕਰਨ ਵਾਲਾ ਹੀ ਦਾਨੀ ਹੁੰਦਾ ਨਾ ਜਿਹੜਾ ਦਾਨ ਕਰੇ ਉਹ ਦਾਨੀ ਹੈ ਦਾਨ ਕਰਨ ਵਾਲੇ ਨੂੰ ਦਾਨੀ ਕਹਿੰਦੇ ਨੇ ਲੋਕ ਦਾਨ ਦਿੱਤਾ ਜਾ ਸਕਦਾ ਕਿਸੇ ਐਜੂਕੇਸ਼ਨ ਅਦਾਰੇ ਨੂੰ ਦਿਓ ਕਿਸੇ ਹਸਪਤਾਲ ਨੂੰ ਕਿਸੇ ਟਰੱਸਟ ਨੂੰ ਲੋੜਵੰਦਾਂ ਨੂੰ ਦਾਨ ਦੇ ਸਕਦੇ ਹਾਂ ਅਸੀਂ ਪਰ ਗੁਰੂ ਘਰ ਦਾਨ ਨਹੀਂ ਹੁੰਦਾ ਜਿਹੜੇ ਗੁਰਦੁਆਰਿਆਂ ਦੇ ਬਾਹਰ ਲੱਗੀਆਂ ਹੋਈਆਂ ਲਿਸਟਾਂ ਇੱਕ ਦੋ ਤਿੰਨ ਚਾਰ ਪੰਜ ਸੱਤ ਨਾਂ ਲਿਖੇ ਹੁੰਦੇ ਹੈ ਕਿਸੇ ਲੱਖ ਦਿੱਤਾ ਦੋ ਲੱਖ ਦਿੱਤਾ ਹੈ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਹੈ ਭਾਵੇਂ ਉਹਦੀ ਇੱਛਾ ਹੋਵੇ ਜਾਂ ਨਾ ਹੋਵੇ ਪ੍ਰਬੰਧਕ ਕਮੇਟੀ ਨੂੰ ਇਹ ਖਿਆਲ ਹੁੰਦਾ ਹੈ ਬਈ ਜੇ ਇਹਦਾ ਨਾਂ ਲਿਖਾਂਗੇ ਖਰਬੂਜੇ ਵੱਲ ਦੇਖ ਕੇ ਖਰਬੂਜਾ ਰੰਗ ਫੜਦਾ ਬਈ ਦੋ ਚਾਰ ਹੋਰ ਆਉਣਗੇ ਉੱਥੇ ਸੇਵਾ ਲਿਖ ਦਿਓ ਦਸਵੰਧ ਲਿਖ ਦਿਓ ਭੇਟਾ ਲਿਖ ਦਿਓ ਦਾਨੀ ਸੱਜਣ ਨਹੀਂ ਬਣਨਾ ਸਿੱਖਾ ਤੂੰ ਆਪਣੇ ਗੁਰੂ ਨੂੰ ਕੀ ਦਾਨ ਦੇ ਸਕਦਾ ਉਹਨੇ ਤੇ ਸਰਬੰਸੀ ਦਾਨ ਕਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜੇ ਤੂੰ ਦਾਨੀ ਹੈ ਤੇ ਤੇਰਾ ਗੁਰੂ ਫਿਰ ਝੂਠਾ ਹੋਇਆ ਨਹੀਂ ਗੁਰੂ ਤੇ ਸੱਚਾ ਹੈ ਝੂਠੇ ਅਸੀਂ ਹੈ ਸਮਝਾਉਣ ਵਾਸਤੇ ਕਹਿ ਰਿਹਾ ਵੀ ਸਿੱਖਾ ਜੇ ਤੂੰ ਦਾਨੀ ਹੋ ਗਿਆ ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਤੇ ਕਹਿੰਦੇ ਆ ਜਗਤ ਭਿਖਾਰੀ ਫਿਰਤ ਹੈ ਬੋਲੋ ਬਈ ਭੋਗ ਦੇ ਸਲੋਕ ਵੇਲੇ ਆਪਾਂ ਸਾਰੇ ਸਰਵਣ ਕਰਦੇ ਹਾਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਗੁਰੂ ਤੇਗ ਬਹਾਦਰ ਮਹਾਰਾਜ ਤੇ ਕਹਿੰਦੇ ਵੀ ਸਾਰਾ ਜਗ ਭਿਖਾਰੀ ਹੈ ਜੇ ਸਾਰਾ ਜਗ ਭਿਖਾਰੀ ਹੈ ਤੇ ਸਿੱਖਾ ਤੂੰ ਕਦੋਂ ਕਦਾ ਦਾਨੀ ਹੋ ਗਿਆ ਨਹੀਂ ਨਹੀਂ ਦਾਨੀ ਸ਼ਬਦ ਸੁਣਦਾ ਨਹੀਂ ਸੇਵਾ ਕਹਿ ਸਕਦੇ ਹਾਂ ਭੇਟਾ ਤੇ ਦਾਨ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਹੈ ਭੇਟਾ ਆਪਣੇ ਤੋਂ ਵੱਡੇ ਨੂੰ ਦਿੱਤੀ ਜਾਂਦੀ ਹੈ ਗੁਰੂ ਨਾਨਕ ਦੇ ਘਰ ਵਿੱਚ ਭੇਟਾ ਹੀ ਦਿਆਵਾਂਗੇ ਕਿਉਂਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਵੱਡਾ ਹੈ ਨਾ ਉਹਨੂੰ ਕੀ ਦਾਨ ਕਰਾਂਗੇ ਪਿਆਰ ਜਿਹੜਾ ਸਾਰਿਆਂ ਨੂੰ ਦਾਨ ਦੇ ਰਿਹਾ ਤੇ ਅੱਜ ਬਾਬੇ ਨੇ ਕਹਿ ਦਿੱਤਾ ਇੱਕ ਓੰਕਾਰ ਮੌਲਵੀ ਆ ਗਏ ਮੁੱਲਾਂ ਆ ਗਏ ਤੇ ਰੌਲਾ ਪੈ ਗਿਆ ਚਰਚਾ ਛਿੜ ਗਈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਨਾ ਵੇਈ ਚੋਂ ਬਾਹਰ ਆ ਕੇ ਸਭ ਤੋਂ ਪਹਿਲਾਂ ਆਪਣਾ ਡੇਰਾ ਲਾਇਆ ਸ਼ਮਸ਼ਾਨ ਘਾਟ ਕਬਰਸਤਾਨ ਜਾ ਕੇ ਬਾਬੇ ਨੇ ਕਿਹਾ ਕਿਉਂਕਿ ਸੱਚੀ ਗੱਲ ਸਿਰ ਤੇ ਕੱਫਣ ਬੰਨ ਕੇ ਕਹਿ ਹੁੰਦੀ ਹੈ ਇਸਲਾਮ ਦੇ ਰਾਜ ਵਿੱਚ ਇਹ ਕਹਿਣਾ ਕਿ ਨਾ ਹਿੰਦੂ ਨਾ ਮੁਸਲਮਾਨ ਹਿੰਦੂਆਂ ਦਾ ਅਕੀਦਾ ਵਿਸ਼ਵਾਸ ਰੱਬ ਪ੍ਰਤੀ ਨਹੀਂ ਹੈ ਉਹ ਦੇਵਤਿਆਂ ਨੂੰ ਮੰਨਦੇ ਹੈ ਇਸਲਾਮ ਦਾ ਇਹ ਯਕੀਨ ਹੈ ਕਿ ਇਹਨਾਂ ਦਾ ਰੱਬ ਇੱਕ ਨਹੀਂ ਕਈ ਨੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਰੱਬ ਨੂੰ ਨਹੀਂ ਮੰਨਦੇ ਕਹਿੰਦੇ ਅਸੀਂ ਤੌਹੀਦ ਪ੍ਰਸਤ ਹਾਂ ਇਸਲਾਮ ਦਾ ਇਹ ਯਕੀਨ ਹੈ ਕਿ ਇੱਕ ਖੁਦਾ ਨੂੰ ਮੰਨਦੇ ਹਾਂ ਇੱਕ ਅੱਲਾ ਨੂੰ ਮੰਨਦੇ ਹਾਂ ਅਸੀਂ ਤੌਹੀਦ ਪ੍ਰਸਤ ਹਾਂ ਸਾਡਾ ਦੂਜਾ ਰੱਬ ਨਹੀਂ ਇੱਕੋ ਹੀ ਹੈ ਇਸਲਾਮ ਦਾ ਇਹ ਯਕੀਨ ਹੈ ਪਰ ਇਸਲਾਮ ਦੇ ਰਾਜ ਵਿੱਚ ਇਹ ਕਹਿ ਦੇਣਾ ਨਾ ਮੁਸਲਮਾਨ ਇਹ ਸਿਰ ਤਲੀ ਤੇ ਰੱਖਣ ਵਾਲੀ ਗੱਲ ਸੀ ਨਾ ਬਾਬੇ ਨੇ ਐਵੇਂ ਨਹੀਂ ਕਹਿ ਦਿੱਤਾ ਤੁਹਾਨੂੰ ਵੀ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਪਹਿਲਾਂ ਉਹਨੇ ਆਪ ਸਿਰ ਤਲੀ ਤੇ ਰੱਖਿਆ ਪਹਿਲਾਂ ਆਪ ਰੱਖਿਆ ਆਪਣਾ ਸੱਚੀ ਗੱਲ ਕਹੀਏ ਨਾ ਸੱਚ ਨੂੰ ਪ੍ਰਚਾਰਨਾ ਪ੍ਰਸਾਰਨਾ ਹੈ ਸੱਚ ਵਾਸਤੇ ਸ਼ਹਾਦਤ ਵੀ ਹੋ ਜਾਣੀ ਹੈ ਪੰਜਵੇਂ ਜਾਮੇ ਵਿੱਚ ਤੇ ਅੱਜ ਪਹਿਲੇ ਜਾਮੇ ਵਿੱਚ ਬਾਬੇ ਨੇ ਕਹਿ ਦਿੱਤਾ ਨਾ ਹਿੰਦੂ ਨਾ ਮੁਸਲਮਾਨ ਮੌਲਵੀ ਆਏ ਕਹਿੰਦੇ ਤੁਹਾਡਾ ਕਿਹੜਾ ਰੱਬ ਹੈ ਤੁਸੀਂ ਕਿਹਨੂੰ ਮੰਨਦੇ ਹੋ ਮੇਰਾ ਬਾਬਾ ਕਹਿੰਦਾ ਹੈ ਤੁਸੀਂ ਵੀ ਤੌਹੀਦ ਪ੍ਰਸਤ ਹੋ ਭਾਵੇਂ ਪਰ ਤੁਸੀਂ ਤੌਹੀਦ ਪ੍ਰਸਤੀ ਦਾ ਐਵੇਂ ਰੌਲਾ ਹੀ ਪਾਇਆ ਹੋਇਆ ਹੈ ਤੁਸੀਂ ਹੈ ਨਹੀਂ ਤੁਹਾਡਾ ਅਕੀਦਾ ਨਹੀਂ ਆ ਤੇ ਸਾਡੇ ਵਾਸਤੇ ਮੰਦਰ ਮਸੀਤ ਕੋਈ ਫਰਕ ਨਹੀਂ ਜੇ ਉਹ ਰੱਬ ਦੇ ਘਰ ਨੇ ਤੇ ਆਓ ਆਪਾਂ ਇਹ ਜਿਹੜੀ ਲੜਾਈ ਹੈ ਝਗੜਾ ਜਿਹੜਾ ਕਲੇਸ਼ ਹੈ ਇਹ ਨਵਾਬ ਨੇ ਵੀ ਕਿਹਾ ਉਸ ਵੇਲੇ ਪਿਆਰਿਓ ਤੇ ਕਾਜੀ ਨੇ ਵੀ ਕਿਹਾ ਇਹ ਰੌਲਾ ਉਹਦੇ ਕੋਲ ਚੱਲਿਆ ਗਿਆ ਸੀ ਕਿ ਨਾਨਕ ਨੇ ਤੇਰੇ ਮੋਦੀ ਖਾਨੇ ਵਿੱਚ ਜਿਹੜਾ ਕੁਝ ਸਮਾਂ ਮੋਦੀ ਰਿਹਾ ਲੋਕ ਕਹਿੰਦੇ ਸੀ ਉਹਨੇ ਇਹ ਗੱਲ ਕਹਿ ਦਿੱਤੀ ਏ ਇਸਲਾਮ ਦੇ ਰਾਜ ਵਿੱਚ ਨਾ ਹਿੰਦੂ ਨਾ ਮੁਸਲਮਾਨ ਕਦੇ ਇਤਿਹਾਸ ਪੜ੍ਹੋ ਇੱਕ ਬੋਧਣ ਨਾਂ ਦੇ ਬ੍ਰਾਹਮਣ ਨੇ ਬੜਾ ਸਿਆਣਾ ਸੀ ਬੜਾ ਧਰਮੀ ਸੀ ਆਪਣੇ ਧਰਮ ਦੇ ਵਿੱਚ ਪੂਰਾ ਸੀ ਉਹਨੇ ਸੱਚ ਕਿਹਾ ਇੰਨੀ ਗੱਲ ਕਹੀ ਸੀ ਬੋਧਣ ਨਾਂ ਦੇ ਬ੍ਰਾਹਮਣ ਨੇ ਉਹ ਕਹਿੰਦਾ ਇਹ ਇਸਲਾਮ ਵੀ ਚੰਗਾ ਹੈ ਪਰ ਹਿੰਦੂ ਧਰਮ ਵੀ ਮਾੜਾ ਨਹੀਂ ਇੰਨੀ ਗੱਲ ਤੇ ਸਿਕੰਦਰ ਲੋਧੀ ਦੇ ਪੇਸ਼ ਕਰ ਦਿੱਤਾ ਇਹਨੂੰ ਬੋਧਣ ਨਾਂ ਦੇ ਬ੍ਰਾਹਮਣ ਉੱਤੇ ਫਤਵਾ ਲੱਗ ਗਿਆ ਸਿਕੰਦਰ ਲੋਧੀ ਦੇ ਰਾਜ ਵੇਲੇ ਇਸਲਾਮ ਦੇ ਰਾਜ ਵੇਲੇ ਇੰਨੀ ਗੱਲ ਕਹਿਣ ਤੇ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਸੀ ਉਹਦਾ
ਬਈ ਤੂੰ ਇਹ ਕਿਹਾ ਵੀ ਇਸਲਾਮ ਵੀ ਚੰਗਾ ਹੈ, ਹਿੰਦੂ ਧਰਮ ਵੀ ਮਾੜਾ ਨਹੀਂ। ਇੰਨੀ ਗੱਲ ਕਹਿਣ ਤੇ ਹੀ ਫਤਵੇ ਲੱਗਦੇ ਸੀ ਤੇ ਮਾਰ ਦਿੱਤੇ ਜਾਂਦੇ ਸੀ। ਉਸ ਰਾਜ ਦੇ ਵਿੱਚ ਬਾਬੇ ਨਾਨਕ ਨੇ ਗੱਲ ਕਹੀ ਹੋਵੇ ਬਈ ਨਾ ਹਿੰਦੂ ਨਾ ਮੁਸਲਮਾਨ ਪਿਆਰਿਓ, ਰੌਲਾ ਤੇ ਪੈਣਾ ਸੀ। ਇਹ ਰੌਲਾ ਨਵਾਬ ਕੋਲ ਚੱਲਿਆ ਗਿਆ, ਪਹਿਲਾਂ ਉਹਦੇ ਅਹਿਲਕਾਰ ਆਏ, ਉਹਨਾਂ ਨੇ ਆ ਕੇ ਕਿਹਾ ਚੱਲ ਨਵਾਬ ਦੇ ਪੇਸ਼ ਹੋ। ਤੇ ਮੇਰਾ ਬਾਬਾ ਕਹਿੰਦਾ ਜਦੋਂ ਨਵਾਬ ਦਾ ਮੈਂ ਨੌਕਰ ਸੀ ਨਾ, ਉਦੋਂ ਤੇ ਉਹਦੀ ਹਰ ਗੱਲ ਮੰਨਦਾ ਰਿਹਾ। ਮੋਦੀ ਖਾਨੇ ਵਿੱਚ ਜਦੋਂ ਮੋਦੀ ਸੀ, ਸ਼ਿਕਾਇਤਾਂ ਜਾਂਦੀਆਂ ਰਹੀਆਂ ਮੇਰੇ ਖਿਲਾਫ, ਤੇ ਮੈਂ ਉਸ ਵੇਲੇ ਨਵਾਬ ਦੇ ਸਾਹਮਣੇ ਹੋ ਕੇ ਜਿਹੜਾ ਰੌਲਾ ਪਿਆ ਹੋਇਆ ਸੀ ਉਸ ਰੌਲੇ ਦਾ ਹੱਲ ਕੀਤਾ ਕਿ ਲੋਕੀ ਕਹਿੰਦੇ ਸੀ ਮੋਦੀ ਖਾਨੇ ਦਾ ਮੋਦੀ ਹੀ, ਇਹ ਮੋਦੀ ਖਾਨਾ ਲੁਟਾ ਰਿਹਾ ਹੈ। ਤਿੰਨ ਵਾਰੀ ਹਿਸਾਬ ਕਿਤਾਬ ਹੋਇਆ, ਬਾਬੇ ਦਾ ਹੀ ਵਾਅਦਾ ਨਵਾਬ ਵੱਲ ਨਿਕਲਦਾ ਰਿਹਾ। ਫੈਸਲਾ ਲੈ ਲਿਆ ਸੀ ਬਾਬੇ ਨਾਨਕ ਨੇ ਕਿ ਹੁਣ ਇਹ ਝੂਠੀ ਨੌਕਰੀ ਨਹੀਂ ਕਰਨੀ, ਨਵਾਬ ਦੀ ਨਹੀਂ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਢਡਾਊ ਬਣਨਾ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਢਾਡੀ ਕਿਹਾ ਅਕਾਲ ਪੁਰਖ ਦਾ। ਉਹ ਕਹਿੰਦੇ ਹਾਂ ਢਾਡੀ ਵਿਕਾਰ ਕਾਰੇ ਲਾਇਆ, ਰਾਤ ਦੇ ਕੇ ਵਾਰ ਧੁਰੋਂ ਫਰਮਾਇਆ। ਉਹ ਵਾਰ ਹੀ ਸੀ ਪਿਆਰਿਓ, ਨਾ ਹਿੰਦੂ ਨਾ ਮੁਸਲਮਾਨ, ਟੁੰਬ ਗਈ ਲੋਕਾਂ ਨੂੰ ਤੇ ਸਾਰੇ ਰੌਲਾ ਪਿਆ ਸੀ। ਤੇ ਨਵਾਬ ਕੋਲ ਚਲੇ ਗਏ, ਨਵਾਬ ਦੇ ਅਹਿਲਕਾਰ ਆਏ, ਕਹਿੰਦੇ ਨਵਾਬ ਦੇ ਪੇਸ਼ ਹੋ ਨਾਨਕਾ। ਤੇ ਬਾਬੇ ਨੇ ਕਿਹਾ ਜਦ ਤੱਕ ਨੌਕਰ ਸੀ ਉਹਦੀ ਗੱਲ ਮੰਨਦਾ ਰਿਹਾ ਹੈ, ਹੁਣ ਅਕਾਲ ਪੁਰਖ ਵਾਹਿਗੁਰੂ ਦਾ ਢਡਾਊ ਹਾਂ, ਜਦੋਂ ਉਹਦਾ ਹੁਕਮ ਹੋਵੇਗਾ ਉਹਦਾ ਹੁਕਮ ਹੀ ਵਜਾਵਾਂਗਾ, ਕਿਸੇ ਨਵਾਬ ਦੇ ਕਹਿ ਤੇ ਨਹੀਂ ਆਵਾਂਗਾ। ਅਹਿਲਕਾਰ ਵਾਪਸ ਆ ਗਏ, ਨਵਾਬ ਨੇ ਕਿਹਾ ਖੁਦਾ ਦਾ ਵਾਸਤਾ ਪਾ ਕੇ ਕਹੋ ਫਿਰ ਆਏਗਾ। ਖੁਦਾ ਦਾ ਵਾਸਤਾ ਪਾਇਆ, ਬਾਬਾ ਆ ਗਿਆ। ਸਾਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਬਈ ਬਾਬੇ ਨਾਨਕ ਦਾ 550 ਸਾਲਾ ਸੁਲਤਾਨਪੁਰ ਲੋਧੀ ਹੀ ਕਿਉਂ ਮਨਾਇਆ ਜਾਂਦਾ। ਮੈਂ ਆਰੰਭ ਤਾਂ ਇਸ ਕਰਕੇ ਇਤਿਹਾਸ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪਤਾ ਲੱਗ ਜਾਏ ਸਾਡੇ ਕੋਲ ਅੱਜ ਕੋਈ ਨਨਕਾਣਾ ਹੈ ਤੇ ਸੁਲਤਾਨਪੁਰ ਲੋਧੀ ਹੈ। ਬਾਕੀ ਦੇਸ਼ਾਂ ਦੇ ਤੇ ਰੌਲੇ ਤੁਸੀਂ ਕੱਲ ਪਰਸੋਂ ਦੀਆਂ ਖਬਰਾਂ ਜੋ ਕੁਝ ਹੋ ਰਿਹਾ। ਇਹ ਤੇ ਵਾਹਿਗੁਰੂ ਤੁਹਾਡੀ ਸੰਗਤ ਦੀ ਕੀਤੀ ਅਰਦਾਸ ਜਿਹੜੀ ਸੁਣੀ ਹੈ ਕਰਤਾਰਪੁਰ ਵਾਸਤੇ ਰਸਤਾ ਹੈ, ਵਾਹਿਗੁਰੂ ਕਿਰਪਾ ਕਰੇ। ਨਹੀਂ ਤੇ ਇਹ ਸਭ ਕੁਝ ਹੈ ਸਿਆਸੀ ਸਟੰਟ ਹੀ। ਆ ਜੋ ਕੁਝ ਵੀ ਹੈ ਨਾ, ਦੋਵਾਂ ਦੇਸ਼ਾਂ ਦੇ ਵਿੱਚ ਗੱਲ ਚੱਲ ਰਹੀ ਹੈ, ਤਣਾਅ ਵਾਲੀ, ਲੜਾਈ ਵਾਲੀ, ਜੰਗ ਵਾਲੀ, ਇਹ ਕੇਵਲ ਤੇ ਕੇਵਲ ਇੱਕ ਸਿਆਸੀ ਸਟੰਟ ਹੈ, ਹੋਰ ਕੁਝ ਨਹੀਂ। ਬਚ ਜਾਓ, ਮੁਗਲਾਂ ਤੋਂ ਮਾੜੀ ਰਾਜਨੀਤੀ ਹੈ, ਮੁਗਲਾਂ ਤੋਂ ਮਾੜੀ ਰਾਜਨੀਤੀ ਧਰਮ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਤੋਂ ਬਚ ਜਾਓ ਜੇ ਬਚ ਹੁੰਦਾ ਜੇ, ਮੇਰੀ ਬੇਨਤੀ ਹੈ ਪਿਆਰੋ। ਮੈਂ ਮੁਗਲਾਂ ਤੋਂ ਮਾੜੀ ਇਸ ਕਰਕੇ ਕਿਹਾ, ਮੁਗਲ ਤੇ ਫਿਰ ਚੰਗੇ ਸੀ। ਇੱਥੇ ਅਕਬਰ ਬਾਦਸ਼ਾਹ ਵਰਗਿਆਂ ਨੇ ਨਾ ਜਦੋਂ ਸ਼ਿਕਾਇਤ ਗਈ ਅਕਬਰ ਕੋਲ ਕੇ, ਸਿੱਖਾਂ ਕੋਲ ਇੱਕ ਗ੍ਰੰਥ ਹੈ, ਉਸ ਗ੍ਰੰਥ ਦੇ ਵਿੱਚ ਕਹਿੰਦੇ ਇਸਲਾਮ ਦੀ ਬੜੀ ਤੁਹੀਨ ਕੀਤੀ ਗਈ ਹੈ। ਤੇ ਜਦੋਂ ਉਹਨੇ ਬਾਣੀ ਨੂੰ ਸੁਣਿਆ, ਕਲਾ ਨੌਰ ਜਿੱਥੇ ਤਾਜਪੋਸ਼ੀ ਹੋਈ ਸੀ ਅਕਬਰ ਦੀ, ਉਹਨੇ ਜਦੋਂ ਬਾਣੀ ਨੂੰ ਸੁਣਿਆ ਤੇ ਪੋਥੀ ਪਰਮੇਸ਼ਰ ਕਾ ਥਾਨ ਜਾਣ ਕੇ 500 ਮੋਹਰਾਂ ਰੱਖ ਕੇ ਮੱਥਾ ਟੇਕਿਆ। ਅਕਬਰ ਵਰਗੇ 49 ਸਾਲ ਰਾਜ ਕਰ ਗਏ ਹਿੰਦੁਸਤਾਨ ਤੇ, ਸਭ ਤੋਂ ਵੱਧ ਰਾਜ ਮੁਗਲਾਂ ਵੇਲੇ ਅਕਬਰ ਦਾ ਹੀ, 1 ਘੱਟ 50 ਸਾਲ, ਅੱਧੀ ਸਦੀ ਸਮਾਂ ਬਣਦਾ ਹੈ ਸੱਜਣੋ। ਇੰਨਾ ਸਮਾਂ ਰਾਜ ਕਰ ਗਿਆ, ਐਵੇਂ ਨਹੀਂ ਕਰ ਗਿਆ, ਕਾਂਗੜੇ ਦੇ ਮੰਦਿਰ ਵਿੱਚ ਜਾ ਕੇ ਦੇਵੀ ਦੇ ਛੱਤਰ ਵੀ ਚੜਾਉਂਦਾ ਸੀ, ਅਜਮੇਰ ਸ਼ਰੀਫ ਦੀ ਜ਼ਿਆਰਤ ਵੀ ਕਰਦਾ ਹੈ। ਪਰ ਜਦੋਂ ਦਾ ਗੁਰੂ ਨਾਨਕ ਦੇ ਘਰ ਵਿੱਚ ਆਇਆ, ਉਹ ਕਹਿੰਦਾ ਇਹ ਤੋਂ ਵੱਧ ਸਕੂਨ ਆਤਮਾ ਨੂੰ ਹੋਰ ਕਿਤੇ ਨਹੀਂ ਮੈਨੂੰ ਮਿਲਿਆ ਜੋ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਦੇ ਦਰਸ਼ਨ ਕਰਕੇ ਮਿਲਿਆ। ਉਹਨੇ ਤੇ ਮੱਥਾ ਟੇਕਿਆ ਤੇ ਸਾਡਿਆਂ ਨੇ ਮੱਥੇ ਲਾਏ, ਜਿਹਨਾਂ ਨੂੰ ਅਸੀਂ ਪੰਥਕ ਕਿਹਾ, ਜਿਹਨਾਂ ਨੂੰ ਅਸੀਂ ਕਹਿੰਦੇ ਵੀ ਸਾਡੇ ਸਿੱਖ ਆਗੂ, ਧਾਰਮਿਕ ਲੀਡਰ ਸਾਡੇ ਨੇ, ਇਹ ਸਿੱਖ ਨੇ, ਖਿਮਾ ਕਰਨਾ ਕੋਈ ਵੀ ਹੋਵੇ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਮੱਥਾ ਲਾਇਆ ਤੇ ਉਹਨਾਂ ਨੇ ਮੱਥਾ ਟੇਕਿਆ। ਜਿਹੜੇ ਮੱਥਾ ਟੇਕ ਗਏ, ਇੰਨਾ ਸਾਲ ਰਾਜ ਕਰ ਗਏ ਬਈ, ਇੰਨਾ ਲੰਮਾ ਸਮਾਂ। ਫਿਰ ਅੱਜ ਦੀ ਰਾਜਨੀਤੀ ਜਿਹੜੀ ਧਰਮ ਨੂੰ ਦਾਤੇ ਲਾ ਰਹੀ ਹੈ, ਇਹ ਮੁਗਲਾਂ ਤੋਂ ਮਾੜੀ ਰਾਜਨੀਤੀ ਹੈ। ਬਚ ਜਾਓ, ਆਓ ਪਿਆਰਿਓ, ਸੁਲਤਾਨਪੁਰ ਲੋਧੀ ਕਿਉਂ ਮਨਾਇਆ ਜਾਣਾ 550 ਸਾਲਾ, ਉਹਦਾ ਕਾਰਨ ਹੈ ਕਿ ਨਵੇਂ ਸਿੱਖ ਧਰਮ ਦਾ ਐਲਾਨ ਵੀ ਇੱਥੋਂ ਹੋਇਆ, 13-13 ਸ਼ਬਦਾਂ ਵੀ ਇੱਥੇ ਤੋਲਿਆ, ਮੂਲ ਮੰਤਰ ਦਾ ਉਚਾਰਨ, ਅਹਿਲੇ ਕਲਾਮ ਦੀ ਸ਼ੁਰੂਆਤ ਬਾਬੇ ਨੇ ਸੁਲਤਾਨਪੁਰ ਲੋਧੀ ਕੀਤੀ, 4 ਉਦਾਸੀਆਂ ਨੂੰ ਤੁਰੇ ਤੇ ਸੁਲਤਾਨਪੁਰ ਲੋਧੀ ਤੋਂ ਨਿਰਮਲ ਪੰਥ ਦੇ ਆਗਾਜ਼ ਦੇ ਪ੍ਰਚਾਰ ਵਾਸਤੇ ਤੁਰੇ ਹੈ। ਅੱਜ ਇੱਕ ਹੋਰ ਝਗੜਾ ਖਤਮ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਨਵਾਬ ਦੇ ਕੋਲ ਆਉਣਾ ਕੀਤਾ, ਕਿਲੇ ਵਿੱਚ ਗਏ। ਸਾਨੂੰ ਇਹ ਪਤਾ ਨਹੀਂ ਬਈ ਸਭ ਤੋਂ ਪਹਿਲਾਂ 7 ਕਰਤਾਰ ਦਾ ਨਾਰਾ ਕਿੱਥੇ ਲੱਗਾ। ਨਵਾਬ ਦੇ ਸਾਹਮਣੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ, ਜਿਹਨੂੰ ਨਵਾਬ ਨੂੰ ਲੋਕ ਸਿਜਦਾ ਕਰਦੇ ਸੀ, ਸਲਾਮਾਂ ਲੇਖ ਮੱਥੇ ਟੇਕਦੇ ਸੀ, ਹਜ਼ੂਰੇ ਅਨਵਰ ਕਹਿੰਦੇ ਸੀ, ਬੜਾ ਕੁਝ ਕਹਿੰਦੇ ਸੀ, ਬਾਬੇ ਨੇ ਉਹਦਾ ਨਾਂ ਲਿਆ, ਕਿਹਾ ਨਵਾਬ ਦੌਲਤ ਖਾਨ ਜੀ, ਬੋਲੋ ਸੱਤ ਕਰਤਾਰ, ਸੱਤ ਕਰਤਾਰ। ਸੁਲਤਾਨਪੁਰ ਲੋਧੀ ਹੀ 7 ਕਰਤਾਰ ਕਿਹਾ। ਪਹਿਲੇ ਦਿਨ ਬਾਬੇ ਨੇ ਆਪਣੀ ਰਸਨਾ ਤੋਂ 7 ਕਰਤਾਰ ਸ਼ਬਦ ਕਿਹਾ ਸੀ ਪਿਆਰਿਓ, ਤੇ ਇਹ ਸੁਲਤਾਨਪੁਰ ਲੋਧੀ ਕਿਹਾ।
ਕਹਿੰਦੇ ਨਵਾਬ ਦੌਲਤ ਖਾਂ ਨੇ ਦੋਵੇਂ ਹੱਥ ਜੋੜ ਲਏ। ਉਹਨੂੰ ਪਤਾ ਸੀ ਕਿ ਨਾਨਕ ਵਲੀ ਹੈ, ਕੋਈ ਵਲੀ ਅਲਾਹ ਹੈ, ਅੱਗੇ ਸਭ ਕੁਝ ਵੇਖ ਲਿਆ ਸੀ। ਤੇ ਉਹਨੇ ਇੱਕ ਗੱਲ ਕਹੀ, ਨਾਨਕਾ ਆਹ ਜਿਹੜਾ ਝਗੜਾ ਪਿਆ ਹੋਇਆ ਇਹਨੂੰ ਖਤਮ ਕਰੋ। ਤੇ ਖਤਮ ਕਿਵੇਂ ਹੋਣਾ ਮੇਰੇ ਬਾਬੇ ਨੇ ਪੁੱਛਿਆ। ਕਹਿੰਦੇ ਖਤਮ ਤਾਂ ਹੋਣਾ ਜੇ ਤੂੰ ਮਸੀਤ ਵਿੱਚ ਜਾ ਕੇ ਸਾਡੇ ਨਾਲ ਨਮਾਜ਼ ਪੜ੍ਹ ਲਏਗਾ ਤੇਰੇ ਵਾਸਤੇ, ਜੇ ਤੇਰੀਆਂ ਨਜ਼ਰਾਂ ਵਿੱਚ ਮੰਦਰ ਮਸੀਤ ਖੁਦਾ ਦੇ ਪ੍ਰਮਾਤਮਾ ਦਾ ਹੀ ਘਰ ਨੇ ਦੋਵੇਂ, ਤੇ ਫਰਕ ਕੋਈ ਨਹੀਂ। ਤੇ ਅਸੀਂ ਮੰਨਿਆ ਹੋਇਆ ਜਾਂ ਮੁਸਲਮਾਨ ਮੰਨਦੇ ਨੇ, ਇਹ ਸਾਰੇ ਮੁੱਲਾ ਮਲਾਣੇ ਕਾਜੀ ਇਹ ਗੱਲ ਕਹਿੰਦੇ ਨੇ ਕਿ ਤੂੰ ਇੱਕ ਹਿੰਦੂ ਹੈ ਤੇ ਜੇ ਤੂੰ ਮਸੀਤ ਵਿੱਚ ਆ ਕੇ ਨਮਾਜ਼ ਪੜ੍ਹ ਲਏਗਾ ਤੇ ਸਾਰੇ ਜਿਹੜੇ ਨੇ ਰੌਲਾ ਪਾ ਰਹੇ ਉਹ ਸ਼ਾਂਤ ਹੋ ਜਾਣਗੇ। ਇਹ ਰੌਲੇ ਨੂੰ ਖਤਮ ਕਰਨ ਵਾਸਤੇ ਮੇਰਾ ਬਾਬਾ ਕਹਿੰਦਾ ਹੈ, ਕਹਿੰਦਾ ਰੱਬ ਦੀ ਨਮਾਜ਼ ਪੜ੍ਹਨ ਦੇ ਵਿੱਚ ਕੋਈ ਹਰਜ ਨਹੀਂ, ਮੈਂ ਤੁਹਾਡੇ ਨਾਲ ਮਸੀਤ ਵਿੱਚ ਜਾਣ ਲਈ ਤਿਆਰ ਹਾਂ। ਕਹਿੰਦੇ ਜਦੋਂ ਤੁਰਨ ਲੱਗੇ ਨਾ, ਬਾਬੇ ਨੇ ਕਿਹਾ ਇੱਕ ਸ਼ਰਤ ਹੈ। ਨਵਾਬ ਦੌਲਤ ਖਾਂ ਜੀ ਸੁਣੋ, ਜਿਹੜਾ ਮੁੱਖ ਮੌਲਵੀ ਸੀ ਉਹ ਵੀ ਅੱਗੇ ਹੋਇਆ, ਕਹਿੰਦਾ ਸ਼ਰਤ ਕੀ ਹੈ? ਮੇਰਾ ਬਾਬਾ ਕਹਿੰਦਾ ਜੇ ਤੁਸੀਂ ਪੜ੍ਹੋਗੇ ਤੇ ਮੈਂ ਪੜ੍ਹਾਂਗਾ, ਜੇ ਤੁਸਾਂ ਨਾ ਪੜ੍ਹੀ ਤੇ ਮੈਂ ਨਹੀਂ ਪੜ੍ਹਨੀ। ਕਹਿੰਦੇ ਅਸੀਂ ਤੇ ਰੋਜ਼ ਪੜ੍ਹਦੇ ਹਾਂ, ਇੱਕ ਦਿਨ ਵਿੱਚ 5 ਪੜ੍ਹਦੇ ਹਾਂ। ਮੁਸਲਮਾਨ ਦਾ ਅਕੀਦਾ ਹੀ ਇਹ ਹੈ, ਨਮਾਜ਼ੇ ਸੁਬਾ, ਨਮਾਜ਼ੇ ਪਸ਼ੀਨ, ਨਮਾਜ਼ੇ ਦੀਗਰ, ਨਮਾਜ਼ੇ ਸ਼ਾਮ, ਨਮਾਜ਼ੇ ਗੁਪਤਨ, ਇਹ ਨਮਾਜ਼ੇ ਵਕਤ ਹੈ। ਕਹਿੰਦੇ ਅਸੀਂ ਤੇ ਪੜ੍ਹਦੇ ਹਾਂ, ਪਰ ਅੱਜ ਤੂੰ ਜੇ ਪੜ੍ਹ ਲਏਗਾ ਨਾ ਤੇ ਫਿਰ ਇਹ ਜੇ ਰੌਲਾ ਜਿਹੜਾ ਪਿਆ ਹੋਇਆ ਇਹ ਖਤਮ ਹੋਣ ਤੇ ਆ ਜਾਏਗਾ। ਅਸਲ ਵਿੱਚ ਇਹਨੇ ਮੁੱਲਾ ਨੇ ਨਾ ਨਵਾਬ ਦੇ ਕੰਨ ਵਿੱਚ ਫੂਕ ਮਾਰੀ, ਇੱਕ ਵਾਰੀ ਕਹਿੰਦਾ ਮਸੀਤ ਲੈ ਜਾਓ ਨਾਨਕ ਨੂੰ, ਇੱਕ ਵਾਰੀ ਨਮਾਜ਼ ਵਿੱਚ ਸਾਡੇ ਨਾਲ ਨਮਾਜ਼ ਪੜ੍ਹਨੀ ਸ਼ੁਰੂ ਕਰ ਦੇਵੇ, ਖੜਾ ਹੋ ਜਾਵੇ ਤੇ ਉਹ ਕਿਰਿਆ ਕਰ ਲਵੇ, ਅਸੀਂ ਰੌਲਾ ਪਾ ਦਿਆਂਗੇ ਕਿ ਇੱਕ ਹੋਰ ਨਾਨਕ ਹਿੰਦੂ ਮੁਸਲਮਾਨ ਹੋ ਗਿਆ ਜੇ ਵਾਹਿਗੁਰੂ। ਪਰ ਨਾਨਕ ਦੀਆਂ ਗੁੱਜੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਕੀ ਜਾਣਦੇ ਸੀ। ਲਓ ਪਿਆਰਿਓ, ਗੁਰੂ ਨਾਨਕ ਦੇ ਮਹਾਰਾਜ ਨੇ ਸ਼ਰਤ ਰੱਖੀ ਹੈ, ਉਸ ਸ਼ਰਤ ਦੇ ਅਧੀਨ ਅੱਜ ਇਹਨਾਂ ਮੁੱਲਾ ਮਲਾਣਿਆ ਕਾਜ਼ੀਆਂ ਨਵਾਜ਼ੀਆਂ ਦੇ ਨਾਲ ਨਵਾਬ ਦੇ ਨਾਲ ਮਸੀਤ ਵੱਲ ਆ ਰਿਹਾ ਹੈ ਮੇਰਾ ਬਾਬਾ। ਤੇ ਸ਼ਹਿਰ ਵਿੱਚ ਇੱਕ ਚਰਚਾ ਛਿੜੀ ਹੋਈ ਹੈ, ਭੈਣ ਨਾਨਕੀ ਕੋਲ ਸਕੀਆਂ ਸਹੇਲੀਆਂ ਜਾਂਦੀਆਂ, ਕਹਿੰਦੇ ਤੇਰਾ ਵੀ ਮੁਸਲਮਾਨ ਹੋ ਚੱਲਿਆ ਹੈ, ਜੈ ਰਾਮ ਨੂੰ ਭਾਈਏ ਨੂੰ ਉਲਾਮੇ ਮਿਲ ਰਹੇ ਨੇ। ਇੱਕ ਪਾਸੇ ਸ਼ਹਿਰ ਵਿੱਚ ਰੌਲਾ ਹੈ ਤੇ ਦੂਸਰੇ ਪਾਸੇ ਮੇਰਾ ਬਾਬਾ ਮਸੀਤ ਵੱਲ ਆ ਨਮਾਹੀ ਜੋਜ ਨਮਾਹੀ ਹੋਰ ਬਰਤਾਣ ਚੱਲੇ ਹੋਇਆਂ ਦਾ ਭਟਕੇ ਹੋਇਆਂ ਦਾ ਭਰਮ ਮੇਟਾਉਣ ਚੱਲੇ ਕਰੀਦਾ ਏ।
ਇਹ ਧਰਮ ਦਾ ਸੱਚ ਸਮਝਾਉਣ ਚੱਲੇ ਮਾਸੀਤ ਜਾ ਕੇ ਹੋਵੇਗਾ ਵਿੱਚ ਮਾਸੀਤ ਜਾ ਕੇ ਹੋਵੇਗਾ ਵਿੱਚ ਮਾਸੀਤ ਜਾ ਕੇ ਹੋਵੇਗਾ ਵਿੱਚ ਮਾਸੀਤ ਜਾ ਕੇ ਕੌਣ ਜਾਣਦਾ ਕੌਣ ਜਾਣਦਾ ਕੀ ਬਖਾਉਣ ਚੱਲੇ ਨਿਰੰਕਾਰੀ ਹੀ ਜਾਣਦਾ ਏ ਨਾਨਕ ਨਿਰੰਕਾਰੀ ਹੀ ਜਾਣਦਾ ਏ ਨਾਨਕ ਨਿਰੰਕਾਰੀ ਹੀ ਜਾਣਦਾ ਏ ਨਾਨਕ ਨਿਰੰਕਾਰੀ ਹੀ ਜਾਣਦਾ ਏ ਸਾਗਰ ਭੁੱਲਿਆਂ ਸਾਗਰ ਭੁੱਲਿਆਂ ਨੂੰ ਰਾਹੇ ਪਾਉਣ ਚੱਲੇ ਸਾਗਰ ਭੁੱਲਿਆਂ ਨੂੰ ਰਾਹੇ ਪਾਉਣ ਚੱਲੇ ਕਿਸੇ ਆਖਿਆ ਪਟਵਾਰੀ ਦਾ ਲਾਲ ਸੋਹਣਾ ਭਾਰਤ ਵਰਸ਼ ਦੀ ਸ਼ਾਨ ਚਮਕਾਉਣ ਆਇਆ ਕਿਸੇ ਆਖਿਆ ਲਾਲ ਉਹ ਤ੍ਰਿਪਤਾ ਦਾ ਕਰਨ ਲਈ ਇਹ ਤ੍ਰਿਪਤ ਜਹਾਨ ਆਇਆ ਕਿਸੇ ਆਖਿਆ ਵੀਰ ਉਹ ਨਾਨਕੀ ਦਾ ਬਖਸ਼ਣ ਭੈਣ ਦੇ ਪਿਆਰ ਨੂੰ ਮਾਣ ਆਇਆ ਕਿਸੇ ਆਖਿਆ ਮੁਰਸ਼ਦ ਰਾਏ ਬੁਲਾਰ ਦਾ ਏ ਲੱਗੇ ਨਿਹੋ ਨੂੰ ਤੋੜ ਚੜਾਉਣ ਆਇਆ ਕਿਸੇ ਆਖਿਆ ਯਾਰ ਉਹ ਲਾਲੂਆਂ ਦਾ ਕਿਰਤ ਸੱਚੀ ਤੇ ਸੁੱਚੀ ਵਡਿਆਣ ਆਇਆ ਕਿਸੇ ਆਖਿਆ ਭੁੱਲਿਆ ਭਟਕਿਆ ਨੂੰ ਰਾਹ ਸੱਚ ਦਾ ਉਹ ਦਿਖਲਾਣ ਆਇਆ ਪਰ ਕੁਦਰਤ ਬੋਲ ਪਈ ਆਪ ਕਰਤਾਰ ਨਾਨਕ ਜਗਤ ਜਲੰਦੇ ਚ ਠੰਡ ਵਰਤਾਣ ਆਇਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਚੋਜ ਵਰਤਾ ਕੇ ਦੱਸਣਾ ਚਾਹੁੰਦੇ ਆ ਧਰਮ ਕੀ ਧਰਮ ਕੱਟੜ ਤਾਂ ਨਹੀਂ ਜਿਵੇਂ ਇਸਲਾਮ ਦੇ ਵਿੱਚ ਸ਼ਰ੍ਹਾ ਹੈ ਬੜਾ ਨੁਕਸਾਨ ਕੀਤਾ ਇਸਲਾਮੀ ਸ਼ਰ੍ਹਾ ਨੇ ਇਸਲਾਮ ਦਾ ਕੱਟੜਤਾ ਅੱਜ ਸਾਡੀ ਕੌਮ ਦੇ ਵਿੱਚ ਵੀ ਆ ਰਿਹਾ ਖਿਮਾ ਕਰਨਾ ਸਿੱਖੀ ਪਿਆਰ ਦੀ ਹੈ ਸਿੱਖੀ ਵਿਚਾਰ ਦੀ ਹੈ ਤੁਸੀਂ ਆਪਣੇ ਵਿਚਾਰ ਦਿਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਸਾਹਿਬ ਜੀ ਅਰਦਾਸ ਕਰਾਉਂਦੇ ਨੇ ਬੇਟੀ ਦੇ ਘਰ ਬੇਟਾ ਹੋਵੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜੀ ਸੰਗਤ ਵਿੱਚ ਕੀਤੀ ਅਰਦਾਸ ਪ੍ਰਵਾਨ ਹੋ ਜਾਵੇ ਇੱਕ ਭੈਣ ਜੀ ਪੋਤਰੇ ਦੀ ਦਾਤ ਵਾਸਤੇ ਅਰਦਾਸ ਕਰਾ ਰਹੇ ਨੇ ਸਤਿਗੁਰੂ ਪਾਤਸ਼ਾਹ ਜਿੰਨੇ ਵੀ ਭਾਵਨਾ ਸਾਹਿਬ ਗੁਰੂ ਚਰਨਾਂ ਵਿੱਚ ਤੁਸੀਂ ਆ ਰਹੇ ਹੋ ਬੇਨ ਬੋਲਿਆ ਸਭ ਕੁਛ ਜਾਣਦਾ ਕਿ ਸਾਗਾ ਕੀਚੈ ਸਤਿਗੁਰੂ ਜਾਣਦੇ ਆਪਾਂ ਅਰਦਾਸਿਆਂ ਵਿੱਚ ਸਮਾਂ ਨਹੀਂ ਕਿਉਂਕਿ ਭਾਵਨਾ ਹੈ ਕਿਸੇ ਦੀ ਤੇ ਚਲੋ ਹਾਜ਼ਰੀ ਲਵਾਈਏ ਗੁਰੂ ਪਾਤਸ਼ਾਹ ਕਿਰਪਾ ਕਰਨ ਇੱਕ ਵਾਰੀ ਸਾਰੇ ਮਿਲ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰਹੋ ਵਿਚਾਰ ਸਾਡੀ ਕੌਮ ਦੇ ਵਿੱਚ ਵੀ ਕੱਟੜਤਾ ਹੈ ਵਿਚਾਰ ਨਹੀਂ ਰਹਿ ਗਈ ਤਕਰਾਰ ਵੱਧ ਗਈ ਸਿੱਖੀ ਪਿਆਰ ਦੀ ਸੀ ਵਿਚਾਰ ਦੀ ਸੀ ਅੱਜ ਸਾਡੇ ਪ੍ਰਚਾਰਕ ਨਾਲ ਦਾਅਵਾ ਕਰਦੇ ਸਟੇਜਾਂ ਤੋਂ ਕਹਿੰਦੇ ਜੋ ਅਸੀਂ ਕਹਿ ਰਹੇ ਉਹੀ ਠੀਕ ਹੈ ਕਹਿੰਦੇ ਸਾਡੀ ਮੰਨੋ ਸਾਡੀ ਕਈ ਗੱਲ ਅੰਤਮ ਸੱਚ ਹੈ ਪਰ ਕਿਸੇ ਪ੍ਰਚਾਰਕ ਦੀ ਕਈ ਗੱਲ ਅੰਤਮ ਸੱਚ ਨਹੀਂ ਹੁੰਦੀ ਸੁਣਿਓ ਗੱਲ ਵੀ ਕੋਈ ਪ੍ਰਚਾਰਕ ਕਹੇ ਬਈ ਜੋ ਮੈਂ ਕਿਹਾ ਵਾ ਇਹੀ ਮੰਨ ਲਓ ਨਹੀਂ ਪ੍ਰਚਾਰਕ ਦੀ ਕਈ ਗੱਲ ਅੰਤਮ ਸੱਚ ਨਹੀਂ ਸੱਚ ਕੀ ਹੈ ਬਈ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਇਆ ਇਹੀ ਸੱਚ ਹੈ ਇਹਦੀ ਰੋਸ਼ਨੀ ਤੋਂ ਬੋਲਿਆ ਇਤਿਹਾਸ ਦਿੱਤੇ ਵਿਚਾਰ ਵੀ ਸੱਚ ਹੋਣਗੇ ਪਰ ਮੈਂ ਹੈਰਾਨ ਹਾਂ ਵੀ ਅੱਜ ਸਾਡੇ ਪ੍ਰਚਾਰਕਾਂ ਨੇ ਇਹ ਦਾਅਵਾ ਕੀਤਾ ਦਾਅਵੇ ਪਿੱਛੇ ਤੇ ਹੰਕਾਰ ਹੁੰਦਾ ਹੈ ਜਿੱਥੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੰਕਾਰ ਮਰੇਗਾ ਤੇ ਨਿਰੰਕਾਰ ਮਿਲੇਗਾ ਨਾ ਅੱਜ ਹੰਕਾਰੀ ਇਹ ਗੱਲ ਕਹਿ ਰਹੇ ਵੀ ਜੋ ਅਸੀਂ ਕਹਿੰਦੇ ਠੀਕ ਹੈ ਪਰ ਨਹੀਂ ਕਦੇ ਨੀ ਇਹਨਾਂ ਨੇ ਵਿਚਾਰਿਆ ਬਈ ਗੁਰੂ ਨਾਨਕ ਦੇ ਘਰ ਦਾ ਹੋਕਾ ਦਿੰਦੇ ਹਾਂ ਤੇ ਗੁਰੂ ਨਾਨਕ ਤੇ ਕਹਿੰਦੇ ਤੂੰ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਕਮਨ ਵਡਾਈ ਆ ਜੋ ਤੂੰ ਦੇ ਸੋ ਕਹਾਂ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਗੁਰੂ ਪਾਤਸ਼ਾਹ ਕਹਿ ਰਹੇ ਆਪਣੇ ਆਪ ਨੂੰ
ਕਹਿੰਦੇ ਮੈਂ ਮੂਰਖ ਕਹਿਣ ਨਾ ਜਾਏ ਹੈ ਕੋਈ ਏਦਾਂ ਦਾ ਪ੍ਰਚਾਰਕ ਗੁਰੂ ਨਾਨਕ ਦੇ ਘਰ ਦਾ ਆਪਣੇ ਆਪ ਨੂੰ ਬਾਅਦ ਵਿੱਚ ਕਹਿੰਦਾ ਹੋਵੇ ਵੀ ਇਸ ਮੂਰਖ ਕੋਲੋਂ ਬੜੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਨਹੀਂ ਅੱਜ ਸਾਰਿਆਂ ਚ ਹੈਂਕੜ ਹੰਕਾਰ ਹੈ ਤਾਂ ਤੇ ਸਿੱਖੀ ਖਵਾਰ ਹੋ ਰਹੀ ਹੈ ਸਤਿਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਜੇ ਗਿਆਨ ਹੈ ਤੇ ਉਸ ਗਿਆਨ ਉੱਤੇ ਵੀ ਦਾਅਵਾ ਨਹੀਂ ਜਿਹੜਾ ਗਿਆਨ ਭਗਵਾਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਰੱਬੀ ਗਿਆਨ ਹੈ ਇਹੀ ਗਿਆਨ ਭਗਵਾਨ ਹੈ ਇਹਦੇ ਉੱਤੇ ਵੀ ਕੋਈ ਦਾਅਵਾ ਨਹੀਂ ਕੀਤਾ ਬਾਬੇ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਤੇ ਕਹਿੰਦੇ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਏ ਹੋਏ ਸਾਡੇ ਵਿੱਚ ਗੁਣ ਕੋਈ ਨਹੀਂ ਤੇ ਅੱਜ ਸਾਡੇ ਪ੍ਰਚਾਰਕ ਕਹਿੰਦੇ ਸਾਡੇ ਵਰਗਾ ਹੈ ਹੀ ਕੋਈ ਨਹੀਂ ਰਹੋ ਵਿਚਾਰ ਆਓ ਗੁਰੂ ਨਾਨਕ ਦੇ ਮਹਾਰਾਜ ਚਲੇ ਗਏ ਮਸੀਤ ਵਿੱਚ ਸਖੀਆਂ ਸਹੇਲੀਆਂ ਬੇਬੇ ਨਾਨਕੀ ਦੀਆਂ ਜਾ ਕੇ ਕਹਿੰਦੀਆਂ ਰਹੀਆਂ ਵੀ ਆਪਣੇ ਵੀਰ ਨੂੰ ਰੋਕ ਕਹਿੰਦੇ ਬੇਬੇ ਨਾਨਕੀ ਨੂੰ ਵਿਸ਼ਵਾਸ ਹੀ ਇੰਨਾ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਨਾਨਕ ਨੇ ਵੀਰ ਨੇ ਕਰਨਾ ਹੈ ਨਾ ਉਹ ਰੱਬ ਦੀ ਰਜ਼ਾ ਵਿੱਚ ਹੈ ਰੱਬ ਦੇ ਭਾਣੇ ਵਿੱਚ ਹੈ ਰੱਬ ਦੀ ਹੁਕਮ ਅਦੂਲੀ ਨਹੀਂ ਕੌਣ ਹੈ ਜਿਹੜਾ ਮੇਰੇ ਵੀਰ ਨੂੰ ਦੀਨੋ ਬੇਦੀਨ ਕਰ ਦੇਵੇ ਧਰਮੋ ਬੇਧਰਮ ਕਰ ਦੇਵੇ ਉਹ ਤੇ ਦੁਨੀਆਂ ਨੂੰ ਧਰਮ ਦੇ ਰਾਹ ਤੇ ਲਾਉਣ ਵਾਸਤੇ ਆਇਆ ਹੈ ਤੇ ਸਖੀਆਂ ਸਹੇਲੀਆਂ ਤੇ ਕੁਝ ਲੋਕ ਕਹਿੰਦੇ ਸੀ ਭਾਈਆ ਜੈ ਰਾਮ ਨੂੰ ਵੀ ਆ ਕੇ ਭੈਣ ਨੂੰ ਤੇ ਭਾਈਆ ਜੈ ਰਾਮ ਨੂੰ ਉਲਾਮੇ ਮਿਲ ਰਿਹਾ ਸੀ ਕਿ ਤੁਹਾਡਾ ਇਹ ਰਿਸ਼ਤੇਦਾਰ ਜੈ ਰਾਮ ਨੂੰ ਕਹਿੰਦੇ ਇਹ ਮੁਸਲਮਾਨ ਹੋ ਚਲੇ ਹੈ ਕਿਉਂਕਿ ਜੇ ਮਸੀਤ ਵਿੱਚ ਜਾ ਕੇ ਨਮਾਜ਼ ਹੀ ਪੜ੍ਹ ਲਈ ਉਹਨਾਂ ਦੀ ਜਿਹੜੀ ਹੈ ਮੁਸਲਮਾਨਾਂ ਦੀ ਧਰਮ ਦੀ ਕਿਰਿਆ ਜੇ ਉਹ ਹੀ ਕਰ ਲਈ ਤੇ ਸਾਰਿਆਂ ਕਹਿਣਾ ਸੀ ਵੀ ਜਿਹੜਾ ਨਮਾਜ਼ ਪੜ੍ਹ ਰਿਹਾ ਨਾਨਕ ਇਹਦਾ ਮਤਲਬ ਇਸਲਾਮ ਇਹਨੂੰ ਚੰਗਾ ਲੱਗਾ ਹੈ ਇਸਲਾਮ ਦਾ ਧਾਰਨੀ ਹੋ ਗਿਆ ਹੈ ਇਹਨੂੰ ਇੱਕ ਖੁਦਾ ਦੇ ਵਿੱਚ ਵਿਸ਼ਵਾਸ ਹੈ ਆਓ ਆਪਣੇ ਸ਼ਬਦਾਂ ਨੂੰ ਵਿਚਾਰ ਨੂੰ ਇੱਕ ਮਿੰਟ ਲਈ ਰੋਕ ਕੇ ਕਿਉਂਕਿ ਸਤਿਕਾਰ ਮਹਾਂਪੁਰਖਾਂ ਨੂੰ ਸਮੁੱਚੇ ਰੂਪ ਵਿੱਚ ਇੱਕ ਚੜ੍ਹਦੀ ਕਲਾ ਦਾ ਜਕਾਰਾ ਗਜਾਈਏ ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਵਾਹਿਗੁਰੂ ਵਾਹਿਗੁਰੂ ਬਾਬਾ ਨਿਹੰਗ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਤਿਗੁਰੂ ਮਹਾਂਪੁਰਸ਼ ਤੇ ਇਹ ਬਖਸ਼ਿਸ਼ ਹੈ ਪਿਆਰੋ ਰਹਿਮਤ ਹੈ ਹਾਂਜੀ ਹਾਂਜੀ ਸਤ ਬਾਬਾ ਨਿਹਾਲ ਸਿੰਘ ਜੀ ਇੱਕ ਚੜ੍ਹਦੀ ਕਲਾ ਦਾ ਜਕਾਰਾ ਜਿੰਦਾ ਸ਼ਹੀਦ ਦੇ ਨਾਮ ਤੇ ਬੋਲੇ ਨਿਹਾਲ ਆਏ ਹੋਏ ਮਹਾਂਪੁਰਖਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਸਤਿਕਾਰ ਹੈ ਜੀ ਆਇਆਂ ਕਹਿੰਦੇ ਹਾਂ ਪਿਆਰਿਓ ਸਾਡੀ ਕੌਮ ਦੇ ਵਿੱਚ ਇੱਕ ਹਸਤੀ ਹੈ ਬਾਬਾ ਨਿਹਾਲ ਸਿੰਘ ਜੀ ਜਿਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਹੈ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਕਰਕੇ ਅੱਜ ਵੀ ਪਿਆਰਿਓ ਪੂਰੇ ਕੌਮ ਦੇ ਵਿੱਚ ਪੂਰੇ ਪੰਥ ਦੇ ਵਿੱਚ ਉਹਨਾਂ ਦਾ ਆਪਣਾ ਸਤਿਕਾਰ ਹੈ ਆਪਣਾ ਸਨਮਾਨ ਇਹ ਪੰਥ ਵੱਲੋਂ ਸਤਿਕਾਰ ਸਨਮਾਨ ਅਤੇ ਹਮੇਸ਼ਾ ਕੌਮ ਅਤੇ ਪੰਥ ਦੀ ਅਗਵਾਈ ਕਰਦਿਆਂ ਹੋਇਆਂ ਉਹਨਾਂ ਵਰਦੀਆਂ ਗੋਲੀਆਂ ਵਿੱਚ ਵੀ ਜਿਹੜੀ ਮਰਿਆਦਾ ਸੀ ਨਾ ਪਾਉਂਟਾ ਸਾਹਿਬ ਦੀ ਉਹਨੂੰ ਬਹਾਲ ਰੱਖਿਆ ਕਿ ਸਤਨਾਮ ਸ਼੍ਰੀ ਵਾਹਿਗੁਰੂ ਆਓ ਮੈਂ ਸਮਾਪਤੀ ਵੱਲ ਆਵਾਂ ਕਿਉਂਕਿ ਨੀਅਤ ਕਰਦੇ ਸਮੇਂ ਚੋਂ ਚੰਦ ਮਿੰਟ ਬਾਕੀ ਹੈ ਮੈਂ ਇੱਕੋ ਕਵਿਤਾ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਲਓ ਪਿਆਰਿਓ ਗੁਰੂ ਨਾਨਕ ਦੇ ਮਹਾਰਾਜ ਮਸੀਤ ਵਿੱਚ ਆਏ ਇਹਨਾਂ ਦੀ ਨਮਾਜ਼ ਦੀ ਕਿਰਿਆ ਜਿਹੜੀ ਹੈ 15 ਮਿੰਟ ਦੀ ਕਿਰਿਆ ਹੈ ਤੁਹਾਨੂੰ ਪਤਾ ਹੈ ਮੁਸਲਮਾਨ ਜਦੋਂ ਨਮਾਜ਼ ਪੜ੍ਹਦੇ ਹੈ ਆਹ ਜਿਹੜੀ ਉਠਕ ਬੈਠਕ ਕਰਦੇ ਨੇ ਇਹਨੂੰ ਇਹ ਮੰਨਦੇ ਨੇ ਕਿ ਅਸੀਂ ਨਮਾਜ਼ ਪੜ੍ਹ ਲਈਏ ਰੱਬ ਦੀ ਖੁਦਾ ਦੀ ਤੇ ਨਮਾਜ਼ ਇੱਕ ਨਹੀਂ ਪੜ੍ਹਦੇ ਦਿਨ ਵਿੱਚ 5 ਵਾਰ ਖੁਦਾ ਦੀ ਯਾਦ ਵਿੱਚ ਜੁੜਦੇ ਹੈ ਚਲੋ ਜੁੜਦੇ ਤੇ ਹੈ ਭਾਵੇਂ ਵਿਖਾਵੇ ਵਜੋਂ ਹੀ ਜੁੜਦੇ ਹੁਣ ਸਿੱਖਾ ਤੂੰ ਤੇ ਦੋ ਵੀ ਨਹੀਂ ਪੜ੍ਹਦਾ ਵੇ ਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੀ ਯਾਦ ਵਿੱਚ ਜੁੜਨਾ ਹੈ ਨਾ ਅੰਮ੍ਰਿਤ ਵੇਲੇ ਦੀ ਨਮਾਜ਼ ਪੜ੍ਹਨੀ ਤੇ ਨਾ ਸ਼ਾਮ ਦੇ ਵਕਤ ਹੀ ਰੱਬ ਦਾ ਸ਼ੁਕਰ ਕਰਨਾ ਤੇਰੇ ਨਾਲੋਂ ਸਿੱਖਾ ਕਿਤੇ ਮੁਸਲਮਾਨ ਚੰਗਾ ਹੈ ਉਸ ਸਿੱਖ ਦੀ ਗੱਲ ਕਰ ਰਿਹਾ ਜਿਹੜਾ ਦੋ ਵੀ ਨਹੀਂ ਪੜ੍ਹਦਾ ਉਹਦੇ ਨਾਲੋਂ ਮੁਸਲਮਾਨ ਫਿਰ ਕਿਤੇ ਚੰਗਾ ਹੈ ਵੀ ਦਿਨ 'ਚ 1 ਵਾਰੀ ਨਹੀਂ 5 ਵਾਰੀ ਖੁਦਾ ਦੀ ਯਾਦ ਵਿੱਚ ਜੁੜਦਾ ਹੈ ਤੇ ਕਹਿੰਦੇ ਬਾਬੇ ਨੇ ਨਾ ਤੇ ਸ਼ਰਤ ਰੱਖੀ ਸੀ ਆ ਕਹਿੰਦੇ ਮਸੀਤ ਵਿੱਚ ਨਮਾਜ਼ ਪੜ੍ਹਨ ਵਿੱਚ ਰੱਬ ਦੀ ਇਬਾਦਤ ਕਰਨ ਵਿੱਚ ਕੋਈ ਹਰਜ ਨਹੀਂ ਕੋਈ ਗੁਨਾਹ ਨਹੀਂ ਮੈਂ ਪੜ੍ਹਾਂਗਾ ਤਾਂ ਜੇ ਤੁਸੀਂ ਪੜ੍ਹੋਗੇ ਜੇ ਤੁਸਾਂ ਨਾ ਪੜ੍ਹੀ ਤੇ ਮੈਂ ਨਹੀਂ ਪੜ੍ਹਨੀ ਲਓ ਪਿਆਰਿਓ ਇਹ ਇਹਨਾਂ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਹੈ ਨਵਾਬ ਦੌਲਤ ਖਾਨ ਤੋਂ ਪਹਿਲਾਂ ਅੱਗੇ ਮੁੱਲਾ ਹੋਇਆ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਨਵਾਬ ਸਾਹਿਬ ਨੇ ਤੀਜੇ ਨੰਬਰ 'ਤੇ ਗੁਰੂ ਨਾਨਕ ਪਾਤਸ਼ਾਹ ਤੇ ਬਾਅਦ ਵਿੱਚ ਬਾਕੀ ਨਮਾਜ਼ੀ ਨੇ ਨਮਾਜ਼ ਪੜ੍ਹਨ ਵਾਲੇ ਕਈ ਵਾਰੀ ਏਦਾਂ ਹੁੰਦਾ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਬਈ ਸ਼ਾਇਦ ਧਰਮ ਕੋਈ ਵਿਖਾਵਾ ਹੀ ਹੈ ਵੀ ਕੋਈ ਧਰਮ ਦੀ ਕਿਰਿਆ ਕਰ ਲਈ ਤੇ ਅਸੀਂ ਧਰਮੀ ਖਵਾ ਲਿਆ ਨਹੀਂ ਇਹ ਜਿੰਨਾ ਚਿਰ ਤੁਹਾਡੇ ਦੇਖਣ ਵਿੱਚ ਤੁਰਨ ਵਿੱਚ ਅਖਲਾਕ ਵਿੱਚ ਦੀਨ ਵਿੱਚ ਸਵੈਮਾਨ ਵਿੱਚ ਕਿਰਦਾਰ ਵਿੱਚ ਸਦਾਚਾਰ ਵਿੱਚ ਆਚਾਰ ਵਿੱਚ ਵਿਵਹਾਰ ਵਿੱਚ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦੇ ਦਾ ਮਨੁੱਖਾ ਜੀਵਨ ਦਾ ਰੋਲ ਮਾਡਲ ਜਿੰਨਾ ਚਿਰ ਸੱਤ ਸਰੂਪ ਨਹੀਂ ਹੋ ਜਾਂਦਾ ਉਨਾ ਚਿਰ ਬੰਦਾ ਧਰਮੀ ਨਹੀਂ ਜੇ ਹੋ ਸਕਦਾ ਇਹ ਨਹੀਂ ਕਿਸੇ ਦੇ ਮੱਥੇ ਤੇ ਲੱਗਾ ਤਿਲਕ ਤੇ ਘਰ ਵਿੱਚ ਪਾਇਆ ਜੰਜੂ ਕੋਈ ਮੰਦਿਰ ਦਾ ਪੁਜਾਰੀ ਪੰਡਿਤ ਵੇਖੀਏ ਧਰਮ ਦੀ ਕਿਰਿਆ ਕਰਦਾ ਮੰਦਿਰ ਵਿੱਚ ਕੋਈ ਤੇ ਅਸੀਂ ਮੰਨ ਕੇ ਬਹਿ ਜਾਈਏ ਵੀ ਬੜਾ ਧਰਮੀ ਹੋਵੇਗਾ ਧਰਮ ਏਡੀ ਸਸਤੀ ਵਸਤੂ ਨਹੀਂ ਬਈ ਧਰਮ ਦਾ ਕੋਈ ਪਖੰਡ ਕਰੇ ਨਹੀਂ
ਕਿਸੇ ਮੁਸਲਮਾਨ ਨੂੰ ਨਮਾਜ਼ ਪੜ੍ਹਦਿਆਂ ਵੇਖ ਲਓ ਤੇ ਮੰਨ ਕੇ ਬਹਿ ਜਾਓ ਵੀ ਪੱਕਾ ਮੁਸਲਮਾਨ ਹੈ, ਵੀ ਪੱਕਾ ਧਰਮ ਦਾ ਹੈ, ਧਰਮ ਦੇ ਵਿੱਚ ਪਰਪੱਕ ਹੈ, ਧਰਮ ਕਮਾ ਰਿਹਾ ਹੈ। ਧਰਮ ਏਦਾਂ ਨਹੀਂ ਕਮਾ ਹੁੰਦਾ ਬਈ ਕੇਵਲ ਨਮਾਜ਼ ਹੀ ਪੜ੍ਹ ਲਏ। ਕਿਸੇ ਗੁਰਦੁਆਰੇ ਦਾ ਰਾਗੀ ਸਿੰਘ ਕੀਰਤਨ ਕਰਦਾ ਹੋਵੇ, ਕੋਈ ਢਾਡੀ ਇਤਿਹਾਸ ਕਹਿੰਦਾ ਹੋਵੇ, ਕੋਈ ਪਾਠੀ ਪਾਠ ਕਰਦਾ ਹੋਵੇ, ਕੋਈ ਗੁਰਮਤ ਦੀ ਗੱਲ ਕਰਦਾ ਹੋਵੇ, ਬੜਾ ਪ੍ਰਭਾਵ ਸੰਗਤ ਵਿੱਚ ਛੱਡਦਾ ਹੋਵੇ ਤੇ ਸੰਗਤ ਮੰਨ ਲਵੇ ਕਿ ਬੜਾ ਵੀ ਧਰਮ ਨੂੰ ਇਹਨੇ ਕਮਾਇਆ ਹੋਇਆ ਹੈ। ਨਹੀਂ ਨਹੀਂ, ਧਰਮ ਨੂੰ ਕਿਵੇਂ ਕਮਾਉਂਦਾ ਬਈ? ਇਹਨਾਂ ਨੇਤਰਾਂ ਨੇ ਵੇਖਣਾ ਤੇ ਕੀ ਵੇਖਣਾ, ਇਸ ਜਵਾਨ ਨੇ ਬੋਲਣਾ ਤੇ ਕੀ ਬੋਲਣਾ ਹੈ, ਇਹਨਾਂ ਕੰਨਾਂ ਨੇ ਸੁਣਨਾ ਤੇ ਕੀ ਸੁਣਨਾ ਹੈ? ਜਿੰਨੀ ਦੇਰ ਤੱਕ ਪਿਆਰਿਓ ਇਹ ਇੰਦਰੀਆਂ ਸਾਡੇ ਕਾਬੂ ਵਿੱਚ ਵਸ ਵਿੱਚ ਨਹੀਂ, ਉਨੀ ਦੇਰ ਤੱਕ ਅਸੀਂ ਧਰਮੀ ਨਹੀਂ ਅਖਵਾ ਸਕਦੇ। ਨਹੀਂ ਤੇ ਨਮਾਜ਼ ਤੇ ਮੁੱਲਾਂ ਪੜ੍ਹਦਾ ਹੀ ਸੀ ਜਿਹਦੇ ਮਗਰ ਲੱਗ ਕੇ, ਸਾਰੇ ਪੜ੍ਹਦੇ ਨੇ ਮੁਸਲਮਾਨ, ਨਵਾਬ ਸਾਹਿਬ ਵੀ ਪੜ੍ਹਦੇ ਸੀ ਤੇ ਅੱਜ ਜਦੋਂ ਇਹ ਨਮਾਜ਼ ਸ਼ੁਰੂ ਹੋ ਗਈ ਨਾ ਤੇ ਬਾਬੇ ਨਾਨਕ ਨੇ ਅਡੋਲ ਰਹਿ ਕੇ ਰੱਬ ਦੀ ਯਾਦ ਵਿੱਚ ਜੁੜ ਕੇ ਅੰਤਰ ਧਿਆਨ ਹੋ ਕੇ ਇਹਨਾਂ ਦੀ ਅਵਸਥਾ ਵੱਲ ਵੇਖ ਲਿਆ। ਕਦੇ ਕਦੇ ਬਾਬੇ ਦੇ ਨੇਤਰ ਬੰਦ ਹੈ, ਨੇਤਰ ਬੰਦ ਕਰਕੇ ਵੀ ਬਾਬੇ ਨੇ ਉਹਨਾਂ ਦੀ ਅਵਸਥਾ ਨੂੰ ਸਮਝ ਲਿਆ। ਉਧਰ ਚੋਰ ਅੱਖ ਨਾਲ ਕਦੇ ਕਾਜੀ ਜਦੋਂ ਸਿਜਦਾ ਕਰਦਾ ਸੀ ਨਾ, ਅੱਜ ਮੈਂ ਨਮਾਜ਼ ਪੜ੍ਹਦੇ ਮੁਸਲਮਾਨ ਤੇ ਉਹ ਲੱਤਾਂ ਵਿੱਚ ਪਿੱਛੇ ਵੱਲ ਧਿਆਨ ਦੇਖਦਾ ਲਿਜਾ ਕੇ ਕਿ ਨਾਨਕ ਪੜ੍ਹ ਰਿਹਾ ਨਮਾਜ਼ ਕਿ ਨਹੀਂ ਪੜ੍ਹ ਰਿਹਾ। ਤੇ ਬਾਬੇ ਨਾਨਕ ਨੇ ਤੇ ਕਿਹਾ ਸੀ ਵੀ ਜੇ ਤੁਸੀਂ ਪੜ੍ਹੋਗੇ ਤੇ ਮੈਂ ਪੜ੍ਹਨੀ ਹੈ। ਇਹਨਾਂ ਸਮਝਿਆ ਵੀ ਸਰੀਰ ਦੀ ਕਿਰਿਆ ਕਰਨਾ ਹੀ ਨਮਾਜ਼ ਪੜ੍ਹਨਾ ਹੁੰਦਾ ਹੈ। ਬਾਬਾ ਕਹਿੰਦਾ ਸੁਰਤ ਦੀ ਕਿਰਿਆ ਤੇ ਵਿਗੜੀ ਹੋਈ ਹੈ, ਸੁਰਤ ਦੀ ਕਿਰਿਆ, ਸਮਝ ਗਏ ਨਾ ਪਿਆਰੂ? ਬਈ ਸੁਰਤ ਦੀ ਕਿਰਿਆ ਸਾਡੀ ਵੀ ਵਿਗੜੀ ਹੁੰਦੀ ਹੈ ਗੁਰੂ ਦਰਬਾਰ ਵਿੱਚ ਆ ਕੇ, ਮਨ ਦੀ ਅਵਸਥਾ ਕਰਕੇ ਅਸੀਂ ਵੀ ਡਾਵਾਡੋਲ ਹੁੰਦੇ ਹਾਂ। ਜਿਵੇਂ ਕਾਜੀ ਤੇ ਨਵਾਬ ਸਾਹਿਬ ਡਾਵਾਡੋਲ ਸੀ ਨਾ ਸੁਰਤ ਮੰਨ ਕਰਕੇ, ਇਵੇਂ ਕਈ ਵਾਰੀ ਅਸੀਂ ਵੀ ਪਿਆਰੋ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਵੀ ਗੈਰ ਹਾਜ਼ਰ ਹੋ ਜਾਂਦੇ ਹਾਂ, ਤੇ ਜਿਹੜੇ ਕਦੀ ਗੈਰ ਹਾਜ਼ਰ ਸਮਝਦੇ ਨਾ ਬਾਹਰ ਸੇਵਾ ਕਰਦੇ ਵੀ ਇੱਥੇ ਨਹੀਂ, ਉਹ ਸੁਰਤ ਕਰਕੇ ਜੁੜੇ ਹੁੰਦੇ ਹੈ। ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ ਹੋ ਜਾਂਦੇ, ਇਹੀ ਤੇ ਨਮਾਜ਼ ਦਾ ਪ੍ਰਸੰਗ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਇਹ ਚੋਜ ਵਰਤਾਇਆ ਸੁਲਤਾਨਪੁਰ ਲੋਧੀ। ਕਹਿੰਦੇ ਜਦੋਂ ਇਹ ਕਾਜੀ ਵੇਖਦਾ ਸੀ ਨਾ ਚੋਰ ਅੱਖ ਨਾਲ ਤੇ ਬਾਬੇ ਦੇ ਨੇਤਰ ਬੰਦ ਸੀ, ਤੇ ਬਾਬੇ ਨੇ ਆਪਣੇ ਬੁੱਲਾਂ ਤੋਂ ਥੋੜ੍ਹਾ ਜਿਹਾ ਮੁਸਕਰਾਇਆ, ਨੇਤਰ ਬੰਦ ਹੀ ਸੀ ਕਿਉਂਕਿ ਧਿਆਨ ਹੈ ਗੁਰੂ ਦੀ ਸੁਰਤ ਜਿਹੜੀ ਜਿੱਥੇ ਰੱਬ ਦੀ ਯਾਦ ਵਿੱਚ ਹੈ ਉੱਥੇ ਇਹਨਾਂ ਦੀ ਮਨ ਦੀ ਅਵਸਥਾ ਵੱਲ ਹੈ। ਤੇ ਜਦੋਂ ਇਹ ਵੇਖ ਰਿਹਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਹੱਸ ਰਹੇ ਸੀ, ਨਮਾਜ਼ ਦੀ ਕਿਰਿਆ ਖਤਮ ਹੋ ਗਈ ਤੇ ਕਾਜੀ ਦੇ ਮੱਥੇ ਤੇ ਤਿਊੜੀਆਂ ਖਹਿਰੀਆਂ ਹੋ ਗਈਆਂ, ਅੱਗੇ ਨਾਲੋਂ ਵੀ ਤਿਊੜੀਆਂ ਮੱਥੇ ਦੀਆਂ ਵੱਧ ਗਈਆਂ, ਅੱਗੇ ਨਾਲੋਂ ਵੀ ਅੱਖਾਂ ਦੇ ਵਿੱਚ ਕ੍ਰੋਧ ਦੀ ਲਾਲੀ ਵੱਧ ਗਈ। ਬਾਬੇ ਨਾਨਕ ਕੋਲ ਆ ਕੇ ਕਹਿਣ ਲੱਗਾ, ਓਏ ਕਾਫਰਾ, ਓਏ ਨਾਨਕਾ, ਤੂੰ ਸਾਡੇ ਧਰਮ ਦੇ ਵਿੱਚ ਆ ਕੇ ਆ ਭਾਵ ਦਖਲ ਅੰਦਾਜ਼ੀ ਕਰਦਿਆਂ ਹੋਇਆ ਮਸੀਤ ਵਿੱਚ ਆ ਕੇ ਸਾਡੇ ਧਰਮ ਦੀ ਤੋਹੀਨ ਕੀਤੀ ਹੈ, ਜੇ ਨਮਾਜ਼ ਹੀ ਨਹੀਂ ਸੀ ਪੜ੍ਹਨੀ ਤੇ ਤੁਰਨਾ ਕਿਉਂ ਸੀ ਸਾਡੇ ਨਾਲ? ਮੇਰਾ ਬਾਬਾ ਕਹਿੰਦਾ, ਉਹ ਕਾਜੀ ਸ਼ਾਂਤ ਹੋ ਜਾ, ਪਹਿਲਾਂ ਤੇ ਮੱਥੇ ਦੀਆਂ ਜਿਹੜੀਆਂ ਤਿਊੜੀਆਂ ਤੇਰੀਆਂ ਦੱਸ ਰਹੀਆਂ ਹੈ ਬਈ ਤੇਰੇ ਅੰਦਰ ਧਰਮ ਨਹੀਂ, ਬੰਦੇ ਦੀ ਪਰਖ ਕਰਨੀ ਹੋਵੇ ਤੇ ਬੰਦੇ ਦੇ ਚਿਹਰੇ ਤੋਂ ਹੋ ਜਾਂਦੀ ਹੈ, ਬੰਦੇ ਦੇ ਚਿਹਰੇ ਤੇ ਰੱਬੀ ਨੂਰ ਜਿਹੜਾ ਰੱਬ ਦੀ ਇਬਾਦਤ ਹੈ ਉਹ ਆ ਜਾਂਦੀ ਹੈ, ਤੇ ਕਈ ਵਾਰੀ ਤੇ ਮਿਲਿਆ ਹੀ ਪਤਾ ਲੱਗ ਜਾਂਦਾ ਪਿਆਰ ਵੀ ਅੰਦਰ ਦੀ ਜ਼ਹਿਰ ਕਿੰਨੀ ਕੁ ਹੈ, ਹੰਕਾਰ ਕਿੰਨਾ, ਹੰਕਤਾ ਹੈਂਕੜ ਕਿੰਨੀ ਕੁ ਹੈ, ਨਿੰਦਿਆ ਚੁਗਲੀ ਤੋਂ ਅਜੇ ਇਹ ਬਚਿਆ ਨਹੀਂ, ਖਿਮਾ ਕਰਨਾ ਬਹੁਤੇ ਨੇ ਸਾਡੇ ਵਿੱਚੋਂ, ਉਹ ਪਤਾ ਲੱਗ ਜਾਂਦਾ। ਕਾਜੀ ਦਾ ਵੀ ਬਾਬੇ ਨਾਨਕ ਨੂੰ ਪਤਾ ਲੱਗਾ ਹੋਇਆ ਸੀ, ਅੰਦਰ ਦਾ ਤੇ ਬਾਹਰ ਦਾ ਸਭ ਕੁਝ ਪਤਾ ਹੈ, ਅੰਦਰ ਆਤਮਾ ਕਰਕੇ ਵੀ ਡਾਵਾਂਡੋਲ ਹੈ, ਸੁਰਤ ਕਰਕੇ ਵੀ ਸੁਰਤ ਵਿਗੜੀ ਹੋਈ ਹੈ, ਤੇ ਮੱਥੇ ਦੀਆਂ ਤਿਊੜੀਆਂ ਦੱਸ ਰਹੀਆਂ ਸੀ ਆ ਬਈ ਇਹ ਤੇ ਬਾਬੇ ਨਾਨਕ ਨੂੰ ਮੁਸਲਮਾਨ ਵੇਖਣਾ ਚਾਹੁੰਦਾ ਸੀ ਬਈ ਜੇ ਮਸੀਤ ਵਿੱਚ ਆ ਕੇ ਨਮਾਜ਼ ਇਹਨੇ ਪੜ੍ਹ ਲਈ ਅਸੀਂ ਰੌਲਾ ਪਾ ਦਿਆਂਗੇ ਕਿ ਨਾਨਕ ਇੱਕ ਹਿੰਦੂ ਹੋਰ ਮੁਸਲਮਾਨ ਹੋ ਗਿਆ, ਇਹ ਸਰੀਰ ਕਰਕੇ ਮੰਨਦੇ ਨੇ। ਬਾਬੇ ਨਾਨਕ ਨੂੰ ਵੀ ਸਰੀਰ ਕਰਕੇ ਤੇ ਕਹਿੰਦੇ ਹਿੰਦੂ ਘਰਾਣੇ ਵਿੱਚ ਪੈਦਾ ਹੋਇਆ, ਅਸੀਂ ਵੀ ਮੰਨ ਲੈਂਦੇ ਹਾਂ, ਪਰ ਸਾਨੂੰ ਇਹ ਪਤਾ ਨਹੀਂ ਜਿਹੜਾ ਮੁਹੰਮਦ ਸੀ ਨਾ ਇਸਲਾਮ ਦਾ ਪੈਗੰਬਰ ਉਹ ਸਰੀਰ ਕਰਕੇ ਕੁਰੈਸ਼ੀ ਘਰਾਣੇ ਵਿੱਚ ਪੈਦਾ ਹੋਇਆ, ਕੁਰੈਸ਼ੀਆਂ ਦੇ ਘਰੇ ਜਨਮਿਆ, ਜਿਹੜੇ ਬੁੱਤ ਪ੍ਰਸਤੀ ਸੀ, ਇੱਕ ਰੱਬ ਦਾ ਹੁਕਾ ਦਿੱਤਾ। ਤੇ ਜੇ ਹਜ਼ਰਤ ਈਸਾ ਦੀ ਗੱਲ ਕਰੀਏ ਤੇ ਯਹੂਦੀਆਂ ਦੇ ਘਰੇ ਪੈਦਾ ਹੋ ਕੇ ਹਜ਼ਰਤ ਈਸਾ ਨੇ ਈਸਾਈ ਧਰਮ ਚਲਾ ਦਿੱਤਾ। ਦੁਨੀਆਂ ਦੇ ਜਿੰਨੇ ਪੈਗੰਬਰ ਨੇ ਮਹਾਤਮਾ ਬੁੱਧ ਬਾਰੇ ਉਹ ਸਨਾਤਨੀ ਮਤ ਵਿੱਚ ਪੈਦਾ ਹੋਇਆ, ਬੁੱਧ ਧਰਮ ਚਲਾ ਗਿਆ, ਜਿੰਨੇ ਵੀ ਇਹ ਪੈਗੰਬਰ ਨੇ ਇਹ ਸਰੀਰ ਕਰਕੇ ਹੋਰ ਘਰਾਣੇ ਵਿੱਚ ਪੈਦਾ ਹੋਇਆ, ਇਹਨਾਂ ਨੇ ਆਪਣਾ ਵੱਖਰਾ ਧਰਮ ਮਜ਼ਹਬ ਇੱਕ ਚਲਾਇਆ ਹੈ, ਪਰ ਬਾਬੇ ਨਾਨਕ ਨੇ ਤੇ ਉਹ ਧਰਮ ਚਲਾਇਆ ਜਿਹਨੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਿਹਾ ਸਰਬੱਤ ਦਾ ਭਲਾ ਮੰਗੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਬਾਬੇ ਨਾਨਕ ਨੂੰ ਇਹ ਮੁਸਲਮਾਨ ਵੇਖਣਾ ਚਾਹੁੰਦੇ ਸੀ, ਕਹਿੰਦੇ ਇੱਕ ਹਿੰਦੂ ਨਾਨਕ ਹੈ ਇਹ ਮੁਸਲਮਾਨ ਬਣ ਜਾਏਗਾ ਆ ਮਸੀਤ ਵਿੱਚ ਆ ਕੇ ਨਮਾਜ਼ ਪੜ੍ਹ ਕੇ, ਪਰ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਸਾਰੀ ਖੇਡ ਵਰਤਾ ਦਿੱਤੀ ਹੈ। ਤੇ ਮੇਰੇ ਬਾਬੇ ਨੇ ਕਿਹਾ, ਕਾਜੀ
ਕੀ ਕਹਿ ਰਿਹਾ ਹੈ ਕਿ ਮੈਂ ਤੁਹਾਡੇ ਧਰਮ ਦੀ ਤੁਹੀਨ ਕੀਤੀ, ਮੈਂ ਧਰਮ ਦੀ ਤੁਹੀਨ ਕੋਈ ਨੀ ਕੀਤੀ। ਤੇ ਕਾਜੀ ਕਹਿੰਦਾ ਹੋਰ ਕੀ ਕੀਤਾ ਤੂੰ, ਤੂੰ ਮਸੀਤ ਵਿੱਚ ਆਇਆ ਸੀ ਨਮਾਜ਼ ਪੜ੍ਹਨੀ, ਨਮਾਜ਼ ਤੇ ਪੜ੍ਹੀ ਨੀ, ਤੁਹੀਨ ਹੀ ਹੈ। ਤੇ ਮੇਰਾ ਬਾਬਾ ਕਹਿੰਦਾ ਮੈਂ ਸ਼ਰਤ ਕੀ ਰੱਖੀ ਸੀ ਬਈ ਜੇ ਤੁਸੀਂ ਪੜੋਗੇ ਤੇ ਮੈਂ ਪੜਾਂਗਾ, ਤੁਸੀਂ ਤੇ ਆਪ ਨਹੀਂ ਪੜੀ। ਕਾਜੀ ਕਹਿੰਦਾ ਮੇਰੀ ਗਵਾਹੀ ਤੇ ਸਾਰੇ ਲੋਕ ਦੇਣਗੇ। ਸਾਰੇ ਲੋਕ ਮਸੀਤ ਦੇ ਦੁਆਲੇ ਖੜੇ ਸੀ। ਤੇ ਕਾਜੀ ਕਹਿੰਦਾ ਲੋਕਾਂ ਵੱਲ ਉਂਗਲ ਕਰਕੇ ਨਾ ਸਾਰਿਆਂ ਵੱਲ ਇਸ਼ਾਰਾ ਕਰਕੇ ਕਹਿੰਦਾ ਦੱਸੋ ਨਾਨਕ ਨੂੰ ਕਿ ਮੈਂ ਨਮਾਜ਼ ਪੜ੍ਹੀ ਹੈ ਕਿ ਨਹੀਂ ਪੜ੍ਹੀ। ਤੇ ਲੋਕਾਂ ਰੌਲਾ ਪਾ ਦਿੱਤਾ, ਕਹਿੰਦੇ ਹਾਂ ਹਾਂ ਕਾਜੀ ਨੇ ਪੜ੍ਹੀ ਹੈ ਬਈ, ਅਸੀਂ ਸਾਰਿਆਂ ਵੇਖਿਆ। ਮੇਰਾ ਬਾਬਾ ਕਹਿੰਦਾ ਇਹਨਾਂ ਦੀ ਗਵਾਹੀ ਝੂਠੀ ਹੈ ਕਿਉਂਕਿ ਆਪ ਝੂਠੇ ਨੇ, ਇਹ ਲੋਕ ਝੂਠੇ ਨੇ, ਇਹਨਾਂ ਨੂੰ ਨਹੀਂ ਪਤਾ। ਮੈਂ ਇਹਨਾਂ ਦੀ ਗਵਾਹੀ ਨਹੀਂ ਮੰਨਦਾ, ਮੈਂ ਰੱਬ ਦੀ ਗਵਾਹੀ ਨੂੰ ਮੰਨਦਾ ਹਾਂ। ਮੇਰਾ ਰੱਬ ਕਹਿ ਰਿਹਾ ਹੈ ਕਿ ਨਮਾਜ਼ ਪੜ੍ਹੀ ਹੋਈ ਇਹਨਾਂ ਦੇ ਪਹੁੰਚੀ ਨਹੀਂ ਰੱਬ ਦੇ ਘਰ ਦੇ ਵਿੱਚ। ਲਓ ਪਿਆਰਿਓ, ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਕਾਜੀ ਸ਼ਰਮਿੰਦਾ ਹੋਇਆ ਜਦੋਂ ਬਾਬੇ ਨੇ ਕਿਹਾ ਕਾਜੀ ਤੇਰੇ ਮਨ ਦੀ ਅਵਸਥਾ ਤੇ ਡਾਵਾਂ ਡੋਲ ਸੀ, ਮਨ ਸੁਰਤ ਤੇ ਤੇਰੀ ਘਰ ਵਿੱਚ ਸੀ ਵੀ ਨਵ ਜਨਮੀ ਵਛੇਰੀ ਕਿਤੇ ਖੂਹੀ ਵਿੱਚ ਨਾ ਡਿੱਗ ਪਏ, ਪ੍ਰਬੰਧ ਨਹੀਂ ਨਾ ਕਰਕੇ ਆਇਆ ਹੈ। ਕਾਜੀ ਚਰਨਾ ਤੇ ਡਿੱਗਿਆ ਤੇ ਨਵਾਬ ਦੇ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੇਰੇ ਮਨ ਦੇ ਘੋੜੇ ਵੀ ਕਾਬਲ ਭੱਜੇ ਫਿਰਦੇ ਸੀ। ਨਵਾਬ ਸਾਹਿਬ ਜੀ ਸਰੀਰ ਤੁਹਾਡਾ ਇੱਥੇ, ਸੁਰਤ ਤੁਹਾਡੀ ਇੱਥੇ, ਪਰ ਇਹ ਇਤਿਹਾਸ ਸਾਡੇ ਸਾਹਮਣੇ ਹੈ ਉਸ ਵੇਲੇ ਦਾ ਕਿ ਬਾਬੇ ਨੇ ਕਿਹਾ ਮਨ ਦੇ ਘੋੜੇ, ਮਨ ਦੀ ਅਵਸਥਾ ਡਾਵਾਂ ਡੋਲ ਸੀ ਨਵਾਬ ਸਾਹਿਬ, ਤੁਸੀਂ ਵੀ ਕਾਬਲ ਵਿੱਚ ਘੋੜਿਆਂ ਦੀ ਖਰੀਦਦਾਰੀ ਕਰ ਰਹੇ ਸੀ, ਚਰਨਾਂ ਤੇ ਡਿੱਗ ਕੇ, ਫਿਰ ਨਾਨਕਾ ਸਾਨੂੰ ਵੀ ਦੱਸ ਨਮਾਜ਼ਾਂ ਕਿਵੇਂ ਪੜੀਆਂ ਜਾਂਦੀਆਂ ਹੈ। ਬਾਬਾ ਕਹਿੰਦਾ ਸੁਣੋ, ਪੰਜ ਨਮਾਜ਼ਾਂ ਵਕਤ, ਪੰਜ ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ, ਦੂਏ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਬਈ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ।
ਸਿਫਤ ਖੁਦਾ ਆਪ ਪੰਜਵੇਂ ਸੱਚੀ ਉਹ ਜੋ ਕਰੇ ਸਿਫਤ ਖੁਦਾ नानक शाह जिन्हें वो पूरे हैं अगा गुरु वो कामल रहबर जग में हैं हो पूरे जैसे महागुरु मकसूद मुराद मरीद सभी बरलाते हैं दिलखा गुरु नित लुत्फ कर्म से करते हैं हम लोगों का निर्वाह गुरु इस बख्शिश के इस रहमत के है बाबा नानक शाह गुरु सब सीज का अरदास करो मुख से बोलो सतनाम श्री वाहे नियत कीता समा समाप्त है समय दी कदर करदे हां शब्दां नूं इत्थे विश्राम दिंदे हां जी कोटन कोट कोट बार धन्नवाद गुरु ग्रंथ साहिब जी दा आप संगत दा बड़ी भावना दे नाल श्रद्धा दे नाल अस्थान ते हाजरियां लवाईयां ने सतगुरु गुरु नानक देव महाराज जी की बख्शिश वरत रहीए सारे पासे ये गुरु की कृपा है गुरु की रहमत है जिन्हें जिन्हें ने जिस जिस भावना नाल गुरु चरणों में अरदास की है सतगुरु पातशाह समर्थ गुरु सिरात धरियो सतगुरु कृपा करनगे बख्शिश करनगे गल भावना दी भावना में भरम नहीं धर्म चाहिए श्रद्धा में शंका नहीं श्रद्धा ते समर्पित होके रखिए जे गुरु दे आते गुरु दे बनके विखाइए प्यारे हो गुरु की कृपा वरतेगी आओ समुचे रूपे सारयां दा धन्नवाद प्रबंधकां दा जिन्हां ने दास दे ढाडी जत्थे दा सत्कार सम्मान कीता है समा दे के और विशेष तौर ते सद्दा पत्र दे के संगत दे दर्शन कराए ने असीस बख्शिश करो सारयां दा मीडिया वाले वीरां दा साउंड वाले वीरां दा सारयां दा धन्नवाद दिओ असीस करो कृपा प्यार दे घर विच आओ फतेह बुलाओ जी वाहिगुरु का खालसा वाहिगुरु जी की फतेह ਇਹ ਸਨ ਭਾਈ ਫੌਜਾ ਸਿੰਘ ਜੀ ਸਾਗਰ ਇੰਟਰਨੈਸ਼ਨਲ ਢਾਡੀ ਜਥਾ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧੁੰਮਾਂ ਪਾਈਆਂ ਨੇ